ਸਟੂਡੈਂਟਸ ਆਮ ਸੁਖਿੰਦਰ ਕੌਰ ਫਰੋਮ ਡਿਪਾਰਟਮੈਂਟ ਆਫ ਇਕਨੋਮਿਕਸ ਜੀਜੀਡੀਐਸਟੀ ਕਾਲਜ ਹਰਿਆਣਾ ਹੁਸ਼ਿਆਰਪੁਰ ਅੱਜ ਅਸੀਂ ਜਿਹੜਾ ਟਾਪਿਕ ਕਰਨਾ ਹੈਗਾ ਰਿਟਰਨ ਟੂ ਸਕੇਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਲਾਸਟ ਲੈਕਚਰ ਦੇ ਵਿੱਚ ਆਪਾਂ ਪ੍ਰੋਡਕਸ਼ਨ ਫੰਕਸ਼ਨ ਸ਼ੁਰੂ ਕੀਤਾ ਸੀ ਔਰ ਉਹਦੇ ਵਿੱਚ ਜਿਹੜਾ ਸ਼ਾਰਟ ਰਨ ਦੇ ਵਿੱਚ ਪ੍ਰੋਡਕਸ਼ਨ ਫੰਕਸ਼ਨ ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਉਹ ਆਪਾਂ ਕਰ ਲਿਆ ਸੀ ਜਿਹਨੂੰ ਅਸੀਂ ਕਹਿੰਦੇ ਆ ਪਰਵਰਤਨਸ਼ੀਲ ਉਤਪਾਦਨ ਦਾ ਪਰਵਰਤਨਸ਼ੀਲ ਨਿਯਮ ਅੰਝੜਾ ਤੇ ਅੱਜ ਆਪਾਂ ਦੂਸਰਾ ਜਿਹੜਾ ਇਹਦਾ ਲਾਅ ਹੈਗਾ ਦੂਸਰਾ ਜਿਹੜਾ ਲਾਅ ਆ ਪ੍ਰੋਡਕਸ਼ਨ ਫੰਕਸ਼ਨ ਦਾ ਨਿਜਮ ਹੈ ਰਿਟਰਨ ਟੂ ਸਕੇਲ ਇਹ ਕਰਨਾ ਨਿਜਮ ਦਾ ਸਥਗਨ ਜਾਂ ਪਮਾਨੇ ਦੇ ਨਿਜਮ ਇਹਨਾਂ ਨੂੰ ਕਹ ਦਿੱਤਾ ਜਾਂਦਾ ਹੈ ਜਾਂ ਪਮਾਨੇ ਦੇ ਪ੍ਰਤੀਫਲ ਵੀ ਇਹਨਾਂ ਨੂੰ ਕਹ ਦਿੱਤਾ ਜਾਂਦਾ ਹੈ ਪਮਾਨੇ ਦੇ ਪ੍ਰਤੀਫਲ ਵੀ ਇਹਨਾਂ ਨੂੰ ਅਸੀਂ ਕਹ ਦਿੰਦੇ ਹਾਂ ਹੁਣ ਜਿਹੜਾ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਸੀ ਉਤਪਾਦਨ ਦਾ ਪ੍ਰਵਰਤਨਸ਼ੀਲ ਨਿਜਮ ਸੀ ਇਹੋ ਤੁਹਾਡਾ ਸ਼ਾਰਟ ਪੀਰੀਅਡ ਦਾ ਨਿਜਮ ਸੀ ਜਿਹਦੇ ਵਿੱਚ ਉਤਪਾਦਨ ਦਾ ਸਿਰਫ ਇੱਕ ਸਾਧਨ दैट इज ਲੇਬਰ ਉਹ ਸਿਰਫ ਵਰੀਏਬਲ ਹੁੰਦਾ ਤੇ ਬਾਕੀ ਉਤਪਾਦਨ ਦੇ ਸਾਰੇ ਸਾਧਨ ਜਿਹੜੇ ਲੈਂਡ ਕੈਪੀਟਲ ਤੇ ਐਂਟਰਪ੍ਰੀਨਿਅਰ ਉਹ ਫਿਕਸ ਹੁੰਦੇ ਆ ਤੇ ਤੁਸੀਂ ਸਿਰਫ ਲੇਬਰ ਦੇ ਵਿੱਚ ਚੇਂਜ ਕਰਕੇ ਆਉਟਪੁੱਟ ਨੂੰ ਵਧਾ ਸਕਦੇ ਹੋ ਲੇਬਰ ਦੇ ਵਿੱਚ ਚੇਂਜ ਕਰਕੇ ਆਉਟਪੁੱਟ ਦੇ ਵਿੱਚ ਚੇਂਜ ਕਰ ਸਕਦੇ ਹੋ ਪਰ ਅੱਜ ਅਸੀਂ ਕਰਨਾ ਰਿਟਰਨ ਟੂ ਸਕੇਲ ਰਿਟਰਨ ਟੂ ਸਕੇਲ ਆ ਜਿਹੜਾ ਏ ਲੌਂਗ ਰਨ ਦੇ ਵਿੱਚ ਜਿਹੜਾ ਉਤਪਾਦਨ ਦਾ ਨਿਜਮ ਹੈਗਾ ਔਰ ਲੌਂਗ ਰਨ ਜਿਸ ਤਰ੍ਹਾਂ ਆਪਾਂ ਉਸਨੂੰ ਵੀ ਕੀਤਾ ਸੀਗਾ ਸ਼ਾਰਟ ਪੀਰੀਅਡ ਤੇ ਲੌਂਗ ਪੀਰੀਅਡ ਲੌਂਗ ਪੀਰੀਅਡ ਇਜ਼ ਅ ਪੀਰੀਅਡ ਇਨ ਵਿੱਚ 올 ਫੈਕਟਰਸ ਆਫ ਪ੍ਰੋਡਕਸ਼ਨ ਬਿਕਮਸ ਵੈਰੀਏਬਲ ਜਿਹਦੇ ਵਿੱਚ ਉਤਪਾਦਨ ਦੇ ਸਾਰੇ ਸਾਧਨ ਜਿਹੜੇ ਉਹ ਵੈਰੀਏਬਲ ਹੋ ਜਾਂਦੇ ਆ ਮੀਨਸ ਤੁਸੀਂ ਲੈਂਡ ਲੇਬਰ ਕੈਪੀਟਲ ਐਂਟਰਪ੍ਰੀਨਰ ਕਿਸੇ ਦੇ ਵਿੱਚ ਵੀ ਵਾਧਾ ਕਰ ਸਕਦੇ ਹੋ ਔਰ ਸਾਰਿਆਂ ਦੇ ਵਿੱਚ ਇਕੱਠਾ ਵੀ ਵਾਧਾ ਕਰ ਸਕਦੇ ਹੋ ਇਸ ਲਈ ਇੱਥੇ ਜਿਹੜੇ ਹੁਣ ਤੁਹਾਡੇ ਆਉਟਪੁੱਟ ਹੋਏਗੀ ਉਸਾਰੇ ਫੈਕਟਰਸ ਦੇ ਵਿੱਚ ਚੇਂਜ ਹੋਣ ਤੇ ਹੋਏਗੀ ਇਹਦੇ ਵਿੱਚ ਕੋਈ ਵੀ ਸਾਧਨ ਹੁਣ ਲੌਂਗ ਰਨ ਦੇ ਵਿੱਚ ਕਨਸਟੈਂਟ ਨਹੀਂ ਰਹਿੰਦਾ ਫਿਕਸ ਨਹੀਂ ਰਹਿੰਦਾ ਸਾਰੇ ਵੇਰੀਏਬਲ ਹੋ ਜਾਂਦੇ ਆ ਤੇ ਤੁਸੀਂ ਸਾਰਿਆਂ ਦੇ ਵਿੱਚ ਕਿਸੇ ਵੀ ਵੇਲੇ ਕਿਤੇ ਵੀ ਚੇਂਜ ਕਰ ਸਕਦੇ ਹੋ ਤੇ ਇਹਦੇ ਵਿੱਚ ਰਿਟਰਨ ਟੂ ਸਕੇਲ ਰੈਫਰ ਟੂ ਦੀ ਚੇਂਜ ਇਨ ਆਉਟਪੁੱਟ ਐਸ ਆਲ ਫੈਕਟਰਸ ਚੇਂਜਡ ਬਾਈ ਦਾ ਸੇਮ ਪ੍ਰੋਪੋਰਸ਼ਨ ਤੁਸੀਂ ਸਾਰੇ ਫੈਕਟਰਸ ਨੂੰ ਸੇਮ ਪ੍ਰੋਪੋਰਸ਼ਨ ਦੇ ਵਿੱਚ ਵੀ ਚੇਂਜ ਕਰ ਸਕਦੇ ਹੋ ਅ ਅਸਲ ਦੇ ਵਿੱਚ ਜਦੋਂ ਤੁਸੀਂ ਸਿਰਫ ਇੱਕ ਫੈਕਟਰ ਆ ਪ੍ਰੋਡਕਸ਼ਨ ਵੇਰੀਏਬਲ ਹੋ ਤਾਂ ਸਿਰਫ ਆਉਟਪੁੱਟ ਦੇ ਵਿੱਚ ਚੇਂਜ ਆਂਦੀ ਹੈ ਤੇ ਜਦੋਂ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਵੇਰੀਏਬਲ ਆ ਤਾਂ ਸਕੇਲ ਚ ਚੇਂਜ ਆਂਦੀ ਹੁਣ ਤੁਸੀਂ ਕਹੋਗੇ ਕਿ ਆਉਟਪੁੱਟ ਤੇ ਸਕੇਲ ਦਾ ਕੀ ਫਰਕ ਆ ਦੇਖੋ ਆਉਟਪੁੱਟ ਤੇ ਉਤਪਾਦਨ ਮਤਲਬ ਹੈ ਨਾ ਅ ਕਿ ਜਿਹੜੀ ਤੁਸੀਂ ਚੀਜ਼ ਪ੍ਰੋਡਿਊਸ ਕਰਦੇ ਪਏ ਜੋ ਤੁਸੀਂ ਇਨਪੁੱਟ ਲਗਾਉਂਦੇ ਹੋ ਜਿਹੜੀ ਆਉਟ ਉਹਦਾ ਰਿਜ਼ਲਟ ਆਂਦਾ ਉਹ ਆਉਟਪੁੱਟ ਆ ਪ੍ਰੋਡਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਸਕੇਲ ਹੁੰਦਾ ਪਮਾਨਾ ਲੈਵਲ ਜਿੱਦਾਂ ਜਦੋਂ ਅਸੀਂ ਲੈਂਡ ਲੇਬਰ ਕੈਪੀਟਲ ਐਂਟਰਪ੍ਰੀਨਰ ਸਿਗਾ ਉਹਦੇ ਵਿੱਚੋਂ ਸਿਰਫ ਆਪਾਂ ਕੈਪੀਟਲ ਦਲ ਲੈਂਡ ਤੇ ਐਂਟਰਪ੍ਰੀਨਰ ਫਿਕਸ ਸੀਗੇ ਆਪਾਂ ਸਿਰਫ ਤੇ ਸਿਰਫ ਚੇਂਜ ਕਰ ਪਾਉਂਦੇ ਸੀ ਲੇਬਰ ਚ ਉਹਦੇ ਨਾਲ ਤੁਹਾਡੀ ਆਉਟਪੁੱਟ ਦੇ ਵਿੱਚ ਚੇਂਜ ਆਏਗੀ ਪਰ ਉਹਦੇ ਨਾਲ ਜਿਹੜਾ ਤੁਹਾਡਾ ਸਕੇਲ ਆ ਜਿਹੜਾ ਲੈਵਲ ਆ ਤੁਸੀਂ ਲੋ ਲੈਵਲ ਤੇ ਮਤਲਬ ਲੋ ਸਕੇਲ ਤੇ ਕੰਮ ਕਰਦੇ ਪਏ ਹੋ ਜਾਂ ਹਾਇਰ ਸਕੇਲ ਤੇ ਕੰਮ ਕਰਦੇ ਪਏ ਹੋ ਲੈਵਲ ਕਿਹੜਾ ਹੈ ਸਾਡਾ ਪ੍ਰੋਡਕਸ਼ਨ ਦਾ ਜੇ ਆਪਾਂ ਇੰਡਸਟਰੀ ਚ ਦੇਖੀਏ ਤਾਂ ਸਕੇਲ ਕਿਹੜਾ ਹੈ ਜਿਹੜਾ স্মਲ ਸਕੇਲ ਇੰਡਸਟਰੀ ਹੁੰਦੀ ਆ ਮੀਡੀਅਮ ਸਕੇਲ ਇੰਡਸਟਰੀ ਹੁੰਦੀ ਆ ਲਾਰਜ ਸਕੇਲ ਇੰਡਸਟਰੀ ਹੁੰਦੀ ਉਹ ਪੱਧਰ ਕਿਹੜਾ ਹੈ ਸਾਡਾ ਠੀਕ ਹੈ ਤੇ ਜਦੋਂ ਹੁਣ ਸਾਰੇ ਫੈਕਟਰੀਜ਼ ਆ ਪ੍ਰੋਡਕਸ਼ਨ ਵੇਰੀਏਬਲ ਹੋ ਜਾਂਦੇ ਆ ਉਦੋਂ ਤੁਸੀਂ ਪੱਧਰ 'ਚ ਵੀ ਚੇਂਜ ਕਰ ਸਕਦੇ ਹੋ ਮੀਨਸ ਤੁਸੀਂ ਪਹਿਲਾਂ ਮੀਡੀਅਮ ਸਕੇਲ ਤੇ ਕੰਮ ਕਰਦੇ ਹੋ ਤੁਸੀਂ ਲਾਰਜ ਤੇ ਜਾ ਸਕਦੇ ਹੋ ਪਹਿਲਾਂ ਸਮਾਲ ਤੇ ਕੰਮ ਕਰਦੇ ਹੋ ਤੁਸੀਂ ਮੀਡੀਅਮ ਤੇ ਆ ਸਕਦੇ ਹੋ ਤੁਸੀਂ ਵੈਰੀ ਸਮਾਲ ਤੇ ਕੰਮ ਕਰਦੇ ਪਏ ਹੋ ਤੇ ਤੁਸੀਂ ਸਮਾਲ ਤੇ ਆ ਸਕਦੇ ਹੋ ਮੀਨਸ ਜਦੋਂ ਤੁਸੀਂ ਆਪਣੀ ਫੈਕਟਰੀ ਦਾ ਸਾਈਜ਼ ਵੀ ਵਧਾ ਸਕਦੇ ਹੋ ਆਪਣੇ ਲਿਬਰੇਟਸ ਤਾਂ ਵਧਾਈ ਸਕਦੇ ਹੋ ਕਹਿ ਰਹੇ ਹੋ ਤਾਂ ਸ਼ਾਰਟਰਾਂਚ ਵੀ ਵਧਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਕੈਪੀਟਲ ਵੀ ਵਧਾ ਸਕਦੇ ਹੋ ਤੁਸੀਂ ਆਪਣੀ ਲੈਂਡ ਦੇ ਵਿੱਚ ਵੀ ਵਾਧਾ ਕਰ ਸਕਦੇ ਹੋ ਤੇ ਉਸ ਵੇਲੇ ਤੁਸੀਂ ਸਕੇਲ 'ਚ ਵਾਧਾ ਕਰ ਪਾਉਂਦੇ ਹੋ ਤੁਸੀਂ ਸਮਾਲ ਵੈਰੀ ਸਮਾਲ ਤੋਂ ਸਮਾਲ ਸਕੇਲ ਸਮਾਲ ਸਕੇਲ ਟੂ ਮੀਡੀਅਮ ਸਕੇਲ ਮੀਡੀਅਮ ਸਕੇਲ ਟੂ ਲਾਰਜ ਸਕੇਲ ਇਸ ਤਰ੍ਹਾਂ ਜਿਹੜੀ ਤੁਹਾਡੀ ਸ਼ਿਫਟ ਆ ਉਹ ਹੋ ਸਕਦੀ ਹੈ ਔਰ ਲੌਂਗ ਰੰਮ ਦੇ ਵਿੱਚ ਜਿਹੜੀ ਆਉਟਪੁੱਟ ਆ ਜਿਹੜੀ ਤੁਹਾਡੀ ਪ੍ਰੋਡਕਸ਼ਨ ਆ ਉਹ ਸਿਰਫ ਲੇਬਰ ਦਾ ਫੰਕਸ਼ਨ ਨਹੀਂ ਰਹਿ ਜਾਂਦੀ ਉਹ ਲੇਬਰ ਕੈਪੀਟਲ ਲੈਂਡ ਇਹ ਸਭ ਦਾ ਫੰਕਸ਼ਨ ਹੁੰਦੀ ਹੈ ਅੱਜ ਮੈਂ ਬਹੁਤ ਘੱਟ ਲਿਖਿਆ ਆ ਵੀਡੀਓ ਦੇ ਵਿੱਚ ਕਿਉਂਕਿ ਇਹ ਮੈਂ ਚਾਹੁੰਦੀ ਆ ਕਿ ਤੁਸੀਂ ਨਾਲ ਸਟਡੀ ਮਟੀਰੀਅਲ ਓਪਨ ਕਰਕੇ ਫਿਰ ਵੀਡੀਓ ਨੂੰ ਦੇਖੋ ਫਿਰ ਤੁਹਾਨੂੰ ਬਹੁਤ ਜਲਦੀ ਕਲੀਅਰ ਹੋ ਜਾਏਗਾ ਔਰ ਉਸ ਤੋਂ ਬਾਅਦ ਰਿਟਰਨ ਟੂ ਸਕੇਲ ਨੂੰ ਆਪਾਂ ਇੱਕ ਟੇਬਲ ਦੇ ਥਰੂ ਵੀ ਐਕਸਪਲੇਨ ਕਰ ਸਕਦੇ ਆ ਇਹ ਟੇਬਲ ਜਰੂਰ ਮੈਂ ਤੁਹਾਡੇ ਇੱਥੇ ਬਣਾਇਆ ਸ਼ੋ ਕਰ ਦਿੱਤਾ ਹੋਇਆ ਦੇਖੋ ਟੇਬਲ ਦੇ ਵਿੱਚ ਆਪਾਂ ਮੰਨ ਕੇ ਚੱਲਦੇ ਪਏ ਹਾਂ ਕਿ ਜਿਹੜੀ ਸਾਡੀ ਪ੍ਰੋਡਕਸ਼ਨ ਆ ਜਿਸ ਤਰ੍ਹਾਂ ਆਪਾਂ ਪਿਛਲੇ ਦੂਸਰੇ ਲੌਗ ਵੇਰੀਏਬਲ ਪ੍ਰੋਪੋਰਸ਼ਨ ਚ ਵੀ ਮੰਨਿਆ ਸੀ ਕਿ ਲੈਂਡ ਤੇ ਲੇਬਰ ਜਿਹੜੇ ਸਾਡੇ ਦੋ ਫੈਕਟਰਸ ਆ ਪ੍ਰੋਡਕਸ਼ਨ ਆ ਉਹਦੇ ਵਿੱਚ ਆਪਾਂ ਲੈਂਡ ਨੂੰ ਫਿਕਸ ਮੰਨਿਆ ਸੀ ਇੱਥੇ ਆਪਾਂ ਮੰਨ ਕੇ ਚੱਲਦੇ ਪਏ ਹਾਂ ਕਿ ਲੇਬਰ ਤੇ ਕੈਪੀਟਲ ਸਾਡੇ ਦੋ ਫੈਕਟਰਸ ਆ ਪ੍ਰੋਡਕਸ਼ਨ ਆ ਔਰ ਕਿਉਂਕਿ ਹੁਣ ਲੌਂਗ ਪੀਰੀਅਡ ਹੈਗਾ ਇਸ ਲਈ ਦੋਨੇ ਫੈਕਟਰਸ ਆ ਪ੍ਰੋਡਕਸ਼ਨ ਜਿਹੜੇ ਸਾਡੇ ਉਹ ਕਨਸਟੈਂਟ ਆ ਸੌਰੀ ਵੇਰੀਏਬਲ ਹੈਗੇ ਆ ਕੋਈ ਫੈਕਟਰ ਹੁਣ ਕਨਸਟੈਂਟ ਨਹੀਂ ਆ ਕਿਉਂਕਿ ਲੌਂਗ ਪੀਰੀਅ ਹੁਣ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਪਰਸੈਂਟੇਜ ਸਭ ਤੋਂ ਪਹਿਲਾਂ ਤਾਂ ਯੂਨਿਟਸ ਆਫ ਲੇਬਰ ਦੇਖੋ 1 2 3 4 5 6 7 8 ਆਪਾਂ ਇਸ ਤਰ੍ਹਾਂ ਵਧਾ ਰਹੇ ਹਾਂ ਇਸੇ ਤਰ੍ਹਾਂ ਜਿੱਦਾਂ ਆਪਾਂ ਲੇਬਰ ਦੇ ਵਿੱਚ ਵਾਧਾ ਕਰ ਰਹੇ ਹਾਂ ਉਸੇ ਤਰ੍ਹਾਂ ਆਪਾਂ ਕੈਪੀਟਲ ਦੀਆਂ ਯੂਨਿਟਸ ਦੇ ਵਿੱਚ ਵੀ 2 4 6 8 12 10 12 14 16 ਹੈ ਮਤਲਬ 1/2 ਦੀ ਰੇਸ਼ੋ ਹੈਗੀ ਆ ਉਹ ਆਪਾਂ ਮੇਨਟੇਨ ਕੀਤੀ ਹੋਈ ਹੈ ਕਿ ਜੇ ਲੇਬਰ ਚ ਆਪਾਂ 1/1 ਕਰਕੇ ਵਾਧਾ ਕਰਦੇ ਪਏ ਤਾਂ ਕੈਪੀਟਲ ਦੀ ਇਨਕਰੀਸ 2 2 ਦੀ ਹੈਗੀ ਆ ਤੇ ਉਸ ਤੋਂ ਬਾਅਦ ਪਰਸੈਂਟੇਜ ਇਨਕਰੀਸ ਜਿਹੜੀ ਉਹ ਲੇਬਰ ਐਂਡ ਕੈਪੀਟਲ ਦੇ ਵਿੱਚ ਜਿਹੜੀ ਆ ਉਹ ਦੇਖੋ ਜਿਹੜੀ ਪਰਸੈਂਟੇਜ ਇਨਕਰੀਸ ਆ ਉਹ ਪਹਿਲਾਂ ਤਾਂ ਕੋਈ ਨਹੀਂ ਹੈ ਚੇਂਜ ਤਾਂ ਬਾਅਦ ਵਿੱਚ ਆਏਗੀ ਫਿਰ 100 ਆ ਫਿਰ 50 ਆ ਫਿਰ 33 ਆ ਫਿਰ 25 ਆ ਫਿਰ 20 ਆ ਫਿਰ 16 ਆ ਫਿਰ 14 ਠੀਕ ਹੈ 4/2 100 ਇਸ ਤਰ੍ਹਾਂ ਹਣਾ ਤੇ ਇਹ ਜਿਹੜੀ ਇਹ ਇਨਕਰੀਜ਼ ਆ ਹੁਣ ਦੇਖੋ ਟੋਟਲ ਪ੍ਰੋਡਕਟ ਵੈਸੇ ਪਰਸੈਂਟੇਜ ਇਨਕਰੀਜ਼ ਜਿਹੜੀ ਇਨ ਲੇਬਰ ਐਂਡ ਕੈਪੀਟਲ ਇਹ ਜਿਹੜਾ ਕਾਲਮ ਆਪਸ ਕਿਪ ਵੀ ਕਰ ਸਕਦੇ ਆ ਪਰ ਅਗਲਾ ਕਾਲਮ ਆਪਸ ਕਿਪ ਨਹੀਂ ਕਰ ਸਕਦੇ ਟੋਟਲ ਪ੍ਰੋਡਕਸ਼ਨ ਦੇਖੋ ਜਦੋਂ ਆਪਾਂ ਇੱਕ ਲੇਬਰ ਤੇ ਇੱਕ ਕੈਪੀਟਲ ਲਗਾਈ ਹੈ ਤਾਂ ਟੋਟਲ ਪ੍ਰੋਡਕਸ਼ਨ 100 ਆ ਪਰ ਜਿੱਦਾਂ ਜਿੱਦਾਂ ਲੇਬਰ ਤੇ ਕੈਪੀਟਲ ਦੀ ਜੁਨਿਟਸ ਦੇ ਵਿੱਚ ਵਾਧਾ ਹੁੰਦਾ ਪਿਆ ਟੋਟਲ ਪ੍ਰੋਡਕਸ਼ਨ ਤੁਹਾਡੀ 30 60 80 100 110 120 125 ਹੁੰਦੀ ਪਈ ਹੈ ਇੱਥੇ ਹੁਣ ਜਿਹੜੀ ਪਰਸੈਂਟੇਜ ਹੈ ਟੋਟਲ ਪ੍ਰੋਡਕਸ਼ਨ ਦੇ ਵਿੱਚ ਦੇਖਣ ਦੇ ਲੇਬਰ ਨੂੰ ਉਹ ਵਨ ਲਗਾਉਂਦੇ ਵੈਸੀ ਕੈਪੀਟਲ 2 ਸੀ ਜਦੋਂ ਲੇਬਰ ਨੂੰ 2 2 ਲੇਬਰਰਸ ਤੁਸੀਂ ਯੂਜ਼ ਕੀਤੇ ਕੰਮ ਤੇ ਲਗਾਏ ਤੇ ਦੋ ਕੈਪੀਟਲ ਜਿਹੜੀਆਂ ਉਹ ਕੰਮ ਤੇ ਲੱਗੀਆਂ ਸਾਡੀਆਂ ਤੇ ਸਾਡੀ ਜਿਹੜੀ ਪ੍ਰੋਡਕਸ਼ਨ ਆ ਉਹ 200% ਵਧੀ ਹੈ ਮਤਲਬ 10 ਤੋਂ 30 ਹੋਈ ਹੈ ਸਿੱਧੀ ਉਸ ਤੋਂ ਬਾਅਦ ਸਾਡੀ ਪ੍ਰੋਡਕਸ਼ਨ 100% ਵਧੀ ਹੈ ਉਸ ਤੋਂ ਬਾਅਦ ਸਾਡੀ ਪ੍ਰੋਡਕਸ਼ਨ 33% ਵਧੀ ਹੈ ਉਸ ਤੋਂ ਬਾਅਦ 25% ਵਧੀ ਹੈ ਉਸ ਤੋਂ ਬਾਅਦ 10% ਫਿਰ 9% ਤੇ ਫਿਰ 4% ਵਧੀ ਹੈ ਸਿਰਫ ਠੀਕ ਹੈ ਹੁਣ ਜਦੋਂ ਸਾਡੀ ਪ੍ਰੋਡਕਸ਼ਨ ਆ ਜਿਹੜੀ ਆ ਬਹੁਤ ਜ਼ਿਆਦਾ ਵਾਧੀ ਪਈ ਆ ਮੀਨਸ ਡਬਲ ਹੁੰਦੀ ਪਈ ਆ ਜਾਂ ਜਾਂ ਅ 3 ਟਾਈਮਸ ਇਨਕਰੀਜ਼ ਕਰਦੀ ਪਈ ਆ ਉਹਨੂੰ ਤੁਸੀਂ ਕਹੋਗੇ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਇਹਦਾ ਮਤਲਬ ਕੀ ਆ ਕਿ ਜਿੰਨੀ ਤੁਸੀਂ ਇਨਪੁਟ ਲਗਾਉਂਦੇ ਪਏ ਹੋ ਆਉਟਪੁੱਟ ਦੇ ਵਿੱਚ ਵਾਧਾ ਉਹਦੇ ਨਾਲੋਂ ਜ਼ਿਆਦਾ ਹੁੰਦਾ ਪਿਆ ਪਰ ਜਦੋਂ ਜਿੰਨੀ ਤੁਸੀਂ ਇਨਪੁਟ ਲਗਾਈ ਆ ਆਉਟਪੁੱਟ ਦੇ ਵਿੱਚ ਵਾਧਾ ਤਕਰੀਬਨ ਤਕਰੀਬਨ ਉਹਨਾਂ ਕੀ ਆ ਉਹਨੂੰ ਤੁਸੀਂ ਕਹਿ ਦਿੰਦੇ ਹੋ ਕਨਸਟੈਂਟ ਰਿਟਰਨ ਟੂ ਸਕੇਲ ਤੇ ਜਦੋਂ ਤੁਹਾਡੀ ਪਰਸੈਂਟੇਜ ਇਨਕਰੀਜ਼ ਜਿਹੜੀ ਅ ਤੁਹਾਡੀ ਇਨਪੁਟ ਦੀ ਹੈਗੀ ਆ ਉਹਦੇ ਨਾਲ ਤੁਹਾਡੀ ਆਉਟਪੁੱਟ ਦੇ ਵਿੱਚ ਜਿਹੜੀ ਪਰਸੈਂਟੇਜ ਇਨਕਰੀਜ਼ ਹੋ ਘਟ ਹੁੰਦੀ ਆ ਉਹਨੂੰ ਤੁਸੀਂ ਕਹ ਦਿੰਦੇ ਹੋ ਡਿਕਰੀਜ਼ਿੰਗ ਰਿਟਰਨ ਟੂ ਸਕੇਲ ਇਧਰ ਵੀ ਦੇਖੋ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਕਿਪ ਕਰਨ ਲਈ ਕਿਹਾ ਸੀ ਉਹਨੂੰ ਉੱਥੇ ਸਕਿਪ ਕਰਨਾ ਸੀ ਹੁਣ ਸਕਿਪ ਨਹੀਂ ਕਰਨਾ ਹੁਣ ਦੇਖੋ ਕਾਲਮ ਨੰਬਰ 3 ਅਤੇ 5 ਨੂੰ ਕੰਪੇਅਰ ਕਰੋ ਤੁਸੀਂ ਪਹਿਲਾਂ ਇਨਪੁਟ ਲਗਾਉਂਦੇ ਪੈ ਸੀ 100 ਇਨਪੁਟ ਦਾ ਵਾਧਾ ਸੀ 100 ਪਰਸੈਂਟ ਪਰ ਆਉਟਪੁੱਟ ਦਾ 200 ਪਰਸੈਂਟ ਇਨਪੁਟ ਦਾ ਵਾਧਾ ਸੀ 50 ਪਰਸੈਂਟ ਪਰ ਆਉਟਪੁੱਟ ਦਾ 100 ਪਰਸੈਂਟ ਇਹਨੂੰ ਤੁਸੀਂ ਕਹੋਗੇ ਇਨਕਰੀਜ਼ਿੰਗ ਰਿਟਰਨ ਕੈਪੀਟਲ ਤੇ ਆਉਟਪੁੱਟ ਦਾ ਵੱਧਾ ਵੀ 33% ਹੈ ਮੈਂ ਕੈਪੀਟਲ ਦੇ ਲੇਬਰ ਦੀ ਇਨਕਰੀਜ਼ ਆ ਜਿਹੜੀ ਪਰਸੈਂਟੇਜ ਇਨਕਰੀਜ਼ ਉਹਨੂੰ ਇਨਪੁਟ ਕਹਿੰਦੀ ਪਈਆਂ ਤੇ ਜਿਹੜੀ ਪਰਸੈਂਟੇਜ ਇਨਕਰੀਜ਼ ਪ੍ਰੋਡਕਸ਼ਨ ਚ ਉਹਨੂੰ ਤਾਂ ਖੈਰ ਆਉਟਪੁੱਟ ਹੀ ਕਹਾਂਗੇ ਉਸ ਤੋਂ ਬਾਅਦ 25% ਤੁਹਾਡੀ ਇਨਪੁਟ ਇਨਕਰੀਜ਼ ਹੋਈ ਹੈ 25% ਤੁਹਾਡੀ ਆਉਟਪੁੱਟ ਇਨਕਰੀਜ਼ ਹੋਈ ਹੈ ਇਹ ਹੋਏਗਾ ਕਨਸਟੈਂਟ ਰਿਟਰਨਸ ਟੂ ਸਕੇਲ ਤਹਾਡੀ ਇਨਪੁਟ 16% ਵਧੀ ਪਰ ਤੁਹਾਡਾ ਜਿਹੜਾ ਪ੍ਰੋਡਕਸ਼ਨ ਸੀ ਉਹ 9% ਵਧੀ ਤੁਹਾਡੀ ਇਨਪੁਟ 14.5% ਵਧੀ ਪਰ ਤੁਹਾਡੀ ਜਿਹੜੀ ਪ੍ਰੋਡਕਸ਼ਨ ਸੀ ਸਿਰਫ 4% ਵਧੀ ਮਤਲਬ ਤੁਹਾਡੀ ਜਿਹੜੀ ਪਰਸੈਂਟੇਜ ਇਨਕਰੀਸ ਜਿਹੜੀ ਇਨਪੁਟ ਦੀ ਆ ਉਹ ਆਉਟਪੁੱਟ ਦੀ ਇਨਕਰੀਸ ਤੋਂ ਜ਼ਿਆਦਾ ਆ ਇਸ ਲਈ ਇਸ ਨੂੰ ਤੁਸੀਂ ਕਹੋਗੇ ਡਿਕਰੀਜ਼ਿੰਗ ਰਿਟਰਨਸ ਟੂ ਸਕੇਲ ਠੀਕ ਹੈ ਘਟਦੇ ప్రతిఫਲ ਦੇ ਨਿਜਮ ਇਹਨਾਂ ਨੂੰ ਸੀ ਡਾਇਗਰਾਮ ਸੇ ਵੀ ਥਰੂ ਵੀ ਸਮਝਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਇਨਕਰੀਜ਼ਿੰਗ ਰਿਟਰਨ ਟੂ ਸਕیل ਦੇਖੋ OX ਤੇ ਤੁਸੀਂ ਦੇਖੋ ਕਿ ਪਰਸੈਂਟੇਜ ਜਿਹੜੀ ਚੇਂਜ ਆਪਾਂ ਕੀਤੀ ਇਨਪੁਟਸ ਦੇ ਵਿੱਚ ਤੇ OY ਦੇ ਵਿੱਚ ਜਿਹੜੀ ਆਉਟਪੁੱਟ ਦੇ ਵਿੱਚ ਚੇਂਜ ਆਉਂਦੀ ਪਈ ਆ ਹੁਣ ਦੇਖੋ ਸ਼ੁਰੂ ਦੇ ਵਿੱਚ ਕਿਉਂ ਤੁਹਾਡੀ ਆਉਟਪੁੱਟ ਕਿਉਂ ਆਉਟਪੁੱਟ ਕਰਵ ਦਿਖਾਈ ਹੈ ਆਪਾਂ ਅ ਚੁਰੂਚ ਦੇਖੋ ਕਿ ਅਸੀਂ ਇਨਪੁਟ 10% ਲਗਾਉਂਦੇ ਸੀ ਤਾਂ ਆਉਟਪੁੱਟ ਕਿੰਨੀ ਸੀਗੀ 15% ਹੁਣ ਇਨਪੁਟ ਅਸੀਂ 15% ਕਰਤੀ ਮੀਨਸ ਇਨਪੁਟ ਕਿੰਨੀ ਕਰਤੀ 10 215 ਕਿੰਨੀ ਵਧੀ ਹੈ ਜਸਟ 5% ਪਰ ਜਿਹੜੀ ਆਉਟਪੁੱਟ ਆ ਉਹਦੇ ਵਿੱਚ ਫਾਦਾ ਕਿੰਨਾ ਆ 15 ਤੋਂ 20 ਮੀਨਸ ਇਨਪੁਟ ਦਾ ਫਾਦਾ ਜਸਟ 5 ਹੈ ਪਰ ਆਉਟਪੁੱਟ ਦਾ ਵਾਧਾ ਕਿੰਨਾ ਹੈ 10 ਇਨਪੁੱਟ ਦੇ ਨਾਲੋਂ ਆਉਟਪੁੱਟ ਦੇ ਵਿੱਚ ਜਦੋਂ ਜ਼ਿਆਦਾ ਵਾਧਾ ਹੁੰਦਾ ਇਹਨੂੰ ਤੁਸੀਂ ਕੋ ਕੀ ਕਹਿੰਦੇ ਹੋ ਇਨਕਰੀਜ਼ਿੰਗ ਰਿਟਰਨਸ ਟੂ ਸਕੇਲ ਇਨਕਰੀਜ਼ਿੰਗ ਰਿਟਰਨਸ ਟੂ ਸਕੇਲ ਅਕਰ ਵੈਨ ਅ ਗਿਵਨ ਪਰਸੈਂਟੇਜ ਇਨਕਰੀਜ਼ ਇਨ 올 ਫੈਕਟਰ ਇਨਪੁੱਟਸ ਕਾਜ਼ਸ ਪ੍ਰੋਪੋਰਸ਼ਨੇਟਲੀ ਗ੍ਰੇਟਰ ਇਨਕਰੀਜ਼ ਇਨ ਆਉਟਪੁੱਟ ਮੀਨਸ ਜਦੋਂ ਆਉਟਪੁੱਟ ਦੇ ਵਿੱਚ ਵਾਧਾ ਇਨਪੁੱਟ ਦੇ ਵਾਧੇ ਨਾਲੋਂ ਜ਼ਿਆਦਾ ਹੁੰਦਾ ਉਹਨੂੰ ਤੁਸੀਂ ਕਹਿੰਦੇ ਹੋ ਇਨਕਰੀਜ਼ਿੰਗ ਰਿਟਰਨਸ ਟੂ ਸਕੇਲ ਠੀਕ ਹੈ ਇਹਦੇ ਨਾਲ ਸਟਡੀ ਮਟੀਰੀਅਲ ਮੇਂ ਭੇਜਿਆ ਹੋਇਆ ਉਹ ਤੋਂ ਤੁਸੀਂ ਪੜ ਲਓਗੇ ਜੇ ਕੋਈ ਡਾਊਟ ਹੋਇਆ ਤੁਸੀਂ ਮੈਨੂੰ ਕੁਐਸਚਨ ਕਰ ਸਕਦੇ ਹੋ ਅ ਕੱਲ ਦੇ ਲੈਕਚਰ ਦੇ ਵਿੱਚ ਤੁਸੀਂ ਮੈਨੂੰ ਕੋਈ ਕੁਐਰੀ ਹੋਈ ਤਾਂ ਪੁੱਛ ਸਕਦੇ ਹੋ ਉਸ ਤੋਂ ਬਾਅਦ ਕਨਸਟੈਂਟ ਰੇਟਨਸ ਟੂ ਸਕੀ ਲਗ ਲਾ ਹੁਣ ਦੇਖੋ ਇੱਥੇ ਵੀ ਡਾਇਗਰਾਮ ਹੀ ਦੇਖੋ ox ਦੇ ਵਿੱਚ ਦੇਖੋ ਇਨਪੁਟ ਆ ਤੇ ਉਹ ਵਾਈ ਤੇ ਆਪਾਂ ਪਰਸੈਂਟੇਜ ਆਉਟਪੁਟ ਲਈ ਹੈ ox ਐਕਸੈਸ ਤੇ ਦੇਖਿਓ ਕਿ ਇਨਪੁਟ 10% ਆ ਤੇ ਉਹ ਵਾਈ ਤੇ ਦੇਖੋ ਆਉਟਪੁਟ ਵੀ 10% ਆ ਹੁਣ ਇਨਪੁਟ ਜਿਹੜੀ ਆ ਤੁਸੀਂ 10 ਤੋਂ ਵਧਾ ਕੇ 20 ਕਰਤੀ ਪਰ ਆਉਟਪੁਟ ਵੀ 10 ਤੋਂ ਵਧਾ ਕੇ 20 ਹੋ ਗਈ ਜਿੰਨਾ ਪਰਸੈਂਟ ਵਧਾ ਤੁਸੀਂ ਆਉਟਪੁਟ ਦੇ ਇਨਪੁਟ ਦੇ ਵਿੱਚ ਕੀਤਾ ਠੀਕ ਉਸੇ ਪਰਸੈਂਟੇਜ ਦੇ ਵਿੱਚ ਉਨੇ ਪਰਸੈਂਟ ਵਧਦਾ ਹੀ ਤੁਹਾਡਾ ਆਉਟਪੁਟ ਦੇ ਵਿੱਚ ਹੁੰਦਾ ਪਿਆ ਇਸ ਨੂੰ ਤੁਸੀਂ ਕਹੋਗੇ ਕਨਸਟੈਂਟ ਰਿਟਰਨ ਟੂ ਸਕੇਲ ਨੈਕਸਟ ਦੇਖਿਓ ox ਤੇ ਦੇਖੋ ਪਰਸੈਂਟੇਜ ਇਨਕਰੀਜ਼ ਇਨ ਇਨਪੁਟ ਆ ਤੇ ਉਹ ਵਾਤੇ ਪਰਸੈਂਟੇਜ ਇਨਕਰੀਜ਼ ਇਨ ਆਉਟਪੁਟ ਆ ਇਨਪੁਟ 15% ਆ ਤੇ ਆਉਟਪੁਟ 10% ਆ ਇਨਪੁਟ 15 ਤੋਂ ਵਧ ਕੇ ਕਿੰਨੀ ਕਰਤੀ ਤੁਸੀਂ 25 ਮੀਨਸ ਕਿੰਨਾ ਪਰਸੈਂਟ ਵਧਾਇਆ ਉਹ ਚ 25 ਤੋਂ 15 ਤੋਂ 25 10% ਪਰ ਆਉਟਪੁਟ ਕਿੰਨੀ ਵਧੀ 10 ਤੋਂ ਤੁਹਾਡੀ 16.5 ਹੁੰਦੀ ਪਈ ਹੈ ਜੇ ਤੁਸੀਂ 15 ਤੇ ਵੀ ਲਾਈਨ ਲਗਾ ਸਕਦੇ ਹੋ ਤੁਹਾਡੀ ਵਿਸ਼ਾ ਤੇ ਜਿਹੜੀ ਇਨਪੁਟ ਦੇ ਵਿੱਚ ਵਾਧਾ ਜਿਹੜਾ ਤੁਹਾਡਾ ਜੇ ਆ ਮੈਂ ਡਾਇਗਰਾਮ ਅਕੋਰਡਿੰਗ ਬੋਲਾਂ ਤਾਂ ਹਮ 6.5% ਦਾ ਪਰ ਜਿਹੜੀ ਤੁਹਾਡੀ ਆਉਟਪੁੱਟ ਆ ਕਿੰਨੀ ਵਧੀ ਹੈ 10% ਇਹਦਾ ਮਤਲਬ ਇਨਪੁਟ ਦੇ ਵਾਧੇ ਦੇ ਨਾਲੋਂ ਆਉਟਪੁੱਟ ਦਾ ਵਾਧਾ ਜਿਹੜਾ ਆ ਪਰਸੈਂਟੇਜ ਵਾਧਾ ਆਉਟਪੁੱਟ ਦਾ ਉਹ ਕੀ ਹੈਗਾ ਘਟ ਜਦੋਂ ਇਨ ਪਰਸੈਂਟੇਜ ਇਨਕਰੀਸ ਜਿਹੜੀ ਇਨਪੁਟ ਦੀ ਆ ਆਉਟਪੁੱਟ ਦੀ ਇਨਕਰੀਸ ਉਸ ਪਰਸੈਂਟੇਜ ਇਨਕਰੀਸ ਤੋਂ ਘਟ ਹੋਵੇ ਉਹਨੂੰ ਤੁਸੀਂ ਕਹਿੰਦੇ ਹੋ ਡਿਮਿਨਿਸ਼ਿੰਗ ਜਾਂ ਡਿਕਰੀਜ਼ਿੰਗ ਰਿਟਰਨ ਟੂ ਸਕੇਲ ਘਟਦੇ ਪਮਾਨੇ ਪ੍ਰਤੀਫਲ ਦਾ ਨਿਜਮ ਠੀਕ ਹੈ ਜੀ ਹੁਣ ਅਗਲਾ ਕੁਐਸਚਨ ਇਹ ਆਂਦਾ ਕਿ ਸ਼ੁਰੂ ਦੇ ਵਿੱਚ ਅਸੀਂ ਕਹਨੇ ਆ ਕਿ ਅਸੀਂ 10 ਇਨਪੁਟ ਨਹੀਂ ਲਗਾਈ ਜ ਨਹੀਂ ਆਉਟਪੁਟ ਹੋ ਗਈ ਮਤਲਬ ਇਨਪੁਟ ਘੱਟ ਲਗਾਈ ਆ ਆਉਟਪੁਟ ਵੱਧ ਲਗਾਈ ਉਹ ਕੀ ਸੀ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਦੇ ਕਾਰਨ ਕੀ ਹੁੰਦੇ ਆ ਠੀਕ ਹੈ ਤੇ ਠੀਕ ਇਸੇ ਤਰ੍ਹਾਂ ਹੁਣ ਆ ਜਿਹੜਾ ਹੁਣੇ ਸੀ ਕਨਸੈਪਟ ਕਰਕੇ ਡੀਆ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ ਕਿ ਆਪਾਂ ਇਨਪੁਟ ਦਾ ਜ਼ਿਆਦਾ ਵਧਾਈ ਪਰ ਆਉਟਪੁਟ ਘੱਟ ਵਧੀਆ ਡਿਕਰੀジング ਜਾਂ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ ਇਹਦੇ ਕਾਰਨ ਕੀ ਹੁੰਦੇ ਆ ਅਸਲ ਜਿਨ੍ਹਾਂ ਦੇ ਕਾਰਨ ਹੁੰਦੇ ਆ ਬਚਤਾਂ ਜਾਂ ਹਾਨੀਆਂ ਜਿਨ੍ਹਾਂ ਨੂੰ ਸੀ ਕਹਿੰਦਾ ਦੇ ਇਕਨੋਮੀਜ਼ ਜਾਂ ਡਿਸ ਇਕਨੋਮੀਜ਼ ਐਕਚੁਅਲੀ ਇਹ ਅਲੱਗ ਕੁਐਸਚਨ ਵੀ ਆਪਣੇ ਪੇਪਰ 'ਚ ਆ ਜਾਂਦਾ ਹੁੰਦਾ ਕਿ ਇਕਨੋਮੀਜ਼ ਕੀ ਹੁੰਦੀਆਂ ਡਿਸ ਇਕਨੋਮੀਜ਼ ਕੀ ਹੁੰਦੀਆਂ ਇਕਨੋਮੀਜ਼ ਅਗੇ ਇੰਟਰਨਲ ਐਕਸਟਰਨਲ ਹੁੰਦੀਆਂ ਡਿਸ ਇਕਨੋਮੀਜ਼ ਇੰਟਰਨਲ ਐਕਸਟਰਨਲ ਹੁੰਦੀਆਂ ਇਸ ਲਈ ਇਹ ਅਲੱਗ ਕੁਐਸਚਨ ਵੀ ਆ ਜਾਂਦਾ ਹੈ ਤੇ ਇਹ ਲੱਕਵਚਨ ਇਹ ਵੀ ਆਉਂਦਾ ਤੇ ਆਪਾਂ ਜਦੋਂ ਰਿਟਰਨ ਟੂ ਸਕੇਲ ਕਰਦੇ ਪਏ ਆ ਤਾਂ ਉਹਦੇ ਵਿੱਚ ਅਸੀਂ ਕੌਜ਼ਸ ਕਰਾਂਗੇ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਦੇ ਵੀ ਤੇ ਡਿਕਰੀਜ਼ਿੰਗ ਰਿਟਰਨ ਟੂ ਸਕੇਲ ਦੇ ਵੀ ਇਸ ਲਈ ਇਹਨਾਂ ਨੂੰ ਤੇ ਧਿਆਨ ਦੇਣਾ ਜ਼ਰੂਰੀ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਕੀਤਾ ਸੀ ਹੁਣ ਜਿੰਨੇ ਪਰਸੈਂਟ ਵਾਧਾ ਜਿੰਨੇ ਪਰਸੈਂਟ ਵਾਧਾ ਅਸੀਂ ਇਨਪੁਟ 'ਚ ਕਰਦੇ ਪਏ ਆ ਆਉਟਪੁੱਟ ਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਵਾਧਾ ਹੁੰਦਾ ਪਿਆ ਇਹ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਆ ਹੁਣ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਦੇ ਕਾਰਨ ਕੀ ਆ ਕੌਜ਼ਸ ਹੁਣ ਬੱਚਤਾਂ ਕੀ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਇਹ ਕੀ ਹੁੰਦੀ ਹੈ ਤੁਸੀਂ ਇੱਕ ਵਾਰ ਸਟੱਡੀ ਮਟੀਰੀਅਲ ਅੱਗੇ ਰੱਖ ਕੇ ਫੇਰ ਹੀ ਦੇਖਿਓ ਬੱਚਤਾਂ ਕੀ ਹੁੰਦੀਆਂ ਇਕਨੋਮੀਜ਼ ਆਫ ਸਕੇਲ ਉਹ ਸਿਚੁਏਸ਼ਨ ਹੁੰਦੀ ਆ ਜਦੋਂ ਜਦੋਂ ਤੁਸੀਂ ਉਤਪਾਦਨ ਦੇ ਪੱਧਰ ਨੂੰ ਵਧਾਉਣ ਦੇ ਫਲਸਰੂਪ ਜਾਂ ਤਾਂ ਪ੍ਰਤੀ ਵਿਅਕਤੀ ਉਤਪਾਦਨ ਲਾਗਤ ਘੱਟ ਹੋ ਜਾਂਦੀ ਹੈ ਜਾਂ ਪ੍ਰਤੀ ਵਿਅਕਤੀ ਉਤਪਾਦਨ ਵੱਧ ਹੋ ਜਾਂਦਾ ਪ੍ਰਤੀਤ ਕਈ ਕਈ ਉਤਪਾਦਨ ਵੱਧ ਹੋ ਜਾਂਦਾ ਮੀਨਸ ਇਹ ਪਮਾਨੇ ਦੀਆਂ ਬੱਚਤਾਂ ਇਹਨਾਂ ਨੂੰ ਪਮਾਨੇ ਦੀਆਂ ਬੱਚਤਾਂ ਅਸੀਂ ਕਹਿੰਦੇ ਆ ਇਕਨੋਮੀਜ਼ ਆਫ ਸਕੇਲ ਇਦਾਂ ਕਹਿੰਦੇ ਨੇ ਆ ਇੰਗਲਿਸ਼ ਚ ਇਹਨਾਂ ਨੂੰ ਪਲੀਜ਼ ਯਾਦ ਕਰ ਲਈਓ ਵਰਡ ਨੂੰ ਇਕਨੋਮੀਜ਼ ਆਫ ਸਕੇਲ ਪਮਾਨਾ ਮਤਲਬ ਸਕੇਲ ਆ ਇਕਨੋਮੀਜ਼ ਮੀਨਸ ਬੱਚਤਾਂ ਪਮਾਨੇ ਦੀਆਂ ਬੱਚਤਾਂ ਪਮਾਨੇ ਦੀਆਂ ਬੱਚਤਾਂ ਅਸਲ ਚ ਕੀ ਹੁੰਦੀਆਂ ਕਿ ਜਦੋਂ ਤੁਸੀਂ ਉਤਪਾਦਨ ਵਧਾਣ ਜਾਂਦੇ ਆ ਤਾਂ ਬਿਨਾਂ ਸ਼ੱਕ ਤੁਸੀਂ ਇਨਪੁਟ ਵਧਾਓਗੇ ਤੇ ਜਦੋਂ ਇਨਪੁਟ ਦੇ ਨਾਲ ਇਨਪੁਟ ਦੇ ਵਾਧੇ ਨਾਲ ਆਉਟਪੁਟ ਦੀ ਆਉਟਪੁਟ ਦਾ ਵਾਧਾ ਜ਼ਿਆਦਾ ਹੁੰਦਾ ਆਉਟਪੁਟ ਦੇ ਵਿੱਚ ਜ਼ਿਆਦਾ ਵਾਧਾ ਹੋ ਜਾਂਦਾ ਉਹ ਪਮਾਨੇ ਦੀ ਬਚਤ ਦੇ ਕਰਕੇ ਹੁੰਦਾ ਜਾਂ ਜਦੋਂ ਤੁਹਾਡੀ ਕੋਸਟ ਘਟ ਜਾਂਦੀ ਹੈ ਕਈ ਵਾਰ ਇਹ ਹੁੰਦਾ ਨਾ ਕਿ ਚੀਜ਼ਾਂ ਆਪਾਂ ਉਨੀ ਹੀ ਬਣਾਉਂਦੇ ਪਏ ਆ ਪਰ ਪਹਿਲਾਂ ਇਹ ਉਹੀ ਸਾਰੀਆਂ ਚੀਜ਼ਾਂ ਆਪਾਂ 10 ਰੁਪਈਏ ਪਰ ਪ੍ਰੋਡਕਟ ਜਿਹੜਾ ਪ੍ਰੋਡਿਊਸ ਹੁੰਦਾ ਪਿਆ ਸੀ ਪਰ ਹੁਣ ਉਹ ਹੀ ਪ੍ਰੋਡਕਟ ਸਾਡਾ 5 ਰੁਪਈਏ ਜਿਹੜਾ ਪ੍ਰੋਡਿਊਸ ਹੋਣਾ ਹੋ ਗਿਆ ਜਾਂ 6 ਰੁਪਈਏ ਨੂੰ ਪ੍ਰੋਡਿਊਸ ਹੋਣਾ ਸ਼ੁਰੂ ਹੋ ਗਿਆ ਇਹਦਾ ਮਤਲਬ ਉਹਦੇ ਚਾਰ ਰੁਪਏ ਦੀ ਸਾਨੂੰ ਬਚਤ ਹੋ ਗਈ ਠੀਕ ਹੈ ਇਹਨਾਂ ਨੂੰ ਅਸੀਂ ਅਸਲ 'ਚ ਬਚਤਾਂ ਕਹਿੰਦੇ ਹੁਣ ਬਚਤਾਂ ਜਿਹੜੀਆਂ ਆ ਅਸਲ 'ਚ ਹੁੰਦੀਆਂ ਕੀ ਆ ਮੈਂ ਉਹਤੇ ਤਾਂ ਹਜੇ ਆਈ ਨਹੀਂ ਆ ਇਹ ਤਾਂ ਮੇਰੇ ਵੈਸੇ ਦੱਸ ਤਾਂ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਕੀ ਹੋਣਗੇ ਬਚਤਾਂ ਹੁੰਦੀਆਂ ਕਿ ਜਦੋਂ ਤੁਸੀਂ ਪ੍ਰੋਡਕਸ਼ਨ ਕਰਨ ਜਾਂਦੇ ਹੋ ਜਦੋਂ ਤੁਸੀਂ ਲਾਰਜ ਸਕੇਲ ਤੇ ਕੰਮ ਕਰਦੇ ਹੋ ਜਦੋਂ ਤੁਸੀਂ ਵੱਡੇ ਪੱਧਰ ਤੇ ਕੰਮ ਕਰਦੇ ਹੋ ਜਦੋਂ ਤੁਹਾਡੇ ਸਾਰੇ ਫੈਕਟर्स ਆ ਪ੍ਰੋਡਕਸ਼ਨ ਵੇਰੀਏਬਲ ਵੀ ਹੋ ਜਾਂਦੇ ਆ ਸਿੰਪਲ ਕੰਟ੍ਰੈਂਚ ਦੱਸ ਰਹੀ ਆ ਕਿ ਜਦੋਂ ਤੁਸਾਨੂੰ ਬਚਤ ਹੋ ਰਹੀ ਆ ਪਰ ਉਹ ਤੁਹਾਡੇ ਆਪਣੇ ਕੰਮਾ ਕਰਕੇ ਨਹੀਂ ਹੋ ਰਹੀ ਠੀਕ ਹੈ ਤੁਹਾਡੇ ਆਪਣੇ ਕੰਮਾਂ ਕਰਕੇ ਨਹੀਂ ਹੋ ਰਹੀ ਇਸ ਲਈ ਹੋ ਰਹੀ ਹੈ ਕਿ ਤੁਸੀਂ ਵੱਡੇ ਬਦਲ ਤੇ ਕੰਮ ਕਰਦੇ ਪਏ ਹੋ ਉਹ ਹੁੰਦੀਆਂ ਆ ਬਸੇ ਮੈਂ ਜਦੋਂ ਅੱਗੇ ਗੱਲ ਕਰੂੰਗੀ ਤੇ ਤੁਹਾਨੂੰ ਕਲੀਅਰ ਹੋ ਜਾਏਗਾ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਇੰਟਰਨਲ ਬਚਤਾਂ ਹੁੰਦੀਆਂ ਤੇ ਇੱਕ ਐਕਸਟਰਨਲ ਇਸ ਲਈ ਅਸੀਂ ਕਹਿੰਦੇ ਇੱਕ ਇੰਟਰਨਲ ਇਕਨੋਮੀਆਂ ਆਫ ਸਕੇਲ ਹੁੰਦੀਆਂ ਤੇ ਇੱਕ ਐਕਸਟਰਨਲ ਇਕਨੋਮੀਆਂ ਆਫ ਸਕੇਲ ਹੁੰਦੀਆਂ ਹੁਣ ਸਭ ਤੋਂ ਪਹਿਲਾਂ ਤਾਂ ਇੰਟਰਨਲ ਇਕਨੋਮੀਆਂ ਆਫ ਸਕੇਲ ਕੀ ਹੁੰਦੀਆਂ ਅੰਦਰੂਨੀ ਬਚਤਾਂ ਕੀ ਹੁੰਦੀਆਂ ਜਦੋਂ ਕੋਈ ਫਰਮ ਫਰਮ ਜਿਹੜੀ ਵੀ ਫੈਕਟਰੀ ਆ ਨਾਰਮਲ ਲੈਂਗੁਏਜ ਆਪਾਂ ਉਹਨੂੰ ਫੈਕਟਰੀ ਹੀ ਕਹ ਦਿੰਦੇ ਆ ਜਾਂ ਅਸੀਂ ਇੱਥੇ ਇੰਡਸਟਰੀ ਕਹ ਦਿੰਦੇ ਆ ਪਰ ਇੱਥੇ ਅਸੀਂ ਉਹਨੂੰ ਫਰਮ ਕਹਿੰਦੇ ਆ ਤੇ ਫਰਮ ਨੂੰ ਕਿਹੜੇ ਤਰ੍ਹਾਂ ਜਦੋਂ ਫਰਮ ਆਪਣਾ ਪਮਾਨਾ ਆਪਣਾ ਸਕੇਲ ਵਧਾਉਂਦੀ ਹੈ ਨਾ ਆਪਣਾ ਲੈਵਲ ਵਧਾਉਂਦੀ ਹੈ ਤੇ ਉਹਨੂੰ ਕਿਹੜੀਆਂ ਬੱਚਤਾਂ ਹੁੰਦੀਆਂ ਤੇ ਜਿਹੜੀਆਂ ਬੱਚਤਾਂ ਉਹਨੂੰ ਫਰਮ ਨੂੰ ਆਪਣਾ ਸਕੇਲ ਵਧਾਉਣ ਦੇ ਕਰਕੇ ਅੰਦਰੋਂ ਹੀ ਹੁੰਦੀਆਂ ਉਹਨੂੰ ਅਸੀਂ ਕਹਿੰਦੇ ਆ ਅੰਦਰੂਨੀ ਬੱਚਤਾਂ ਠੀਕ ਹੈ ਅੰਦਰੂਨੀ ਬੱਚਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀਆਂ ਮੈਂ ਰੀਅਲੀ ਇਕਨੋਮੀਜ਼ ਲਿਖ ਦਿੱਤਾ ਸੌਰੀ ਇੱਥੇ ਧਿਆਨ ਦੇ ਦਿਓ ਇਹ ਹੈਗਾ ਰੀਅਲ R E A L ਰੀਅਲ ਇਕਨੋਮੀਜ਼ ਰਿਅਲ ਇਕਨੋਮੀਸ ਕੀ ਹੁੰਦੀਆਂ ਅਸਲ ਬਚਤਾਂ-ਬਚਤਾਂ ਜੋ ਕਿਸੇ ਵਸਤੂ ਦੀ ਹਰੇਕ ਪਾਈਦ ਇਕਾਈ ਦਾ ਪਹਿਲਾਂ ਜਿੰਨਾ ਉਤਪਾਦਨ ਕਰਨ ਲਈ ਕੱਚਾ ਮਾਲ ਪੂੰਜੀ ਕਿਰਤਾ ਆਦੀ ਸਾਧਨਾਂ ਦੀ ਪਹਿਲਾਂ ਤੋਂ ਘੱਟ ਮਾਤਰਾ ਦਾ ਪ੍ਰਯੋਗ ਕਰਨ ਦੇ ਫਲਸਰੂ ਪੈਦਾ ਹੁੰਦੀਆਂ ਮਤਲਬ ਜਿੰਨੀ ਤੁਸੀਂ ਪਹਿਲਾਂ ਪ੍ਰੋਡਕਸ਼ਨ ਕਰਦੇ ਪਏ ਸੀਗੇ ਮੰਨ ਲਓ ਤੁਸੀਂ 100 ਯੂਨਿਟਸ ਬਣਾਉਂਦੇ ਪਏ ਆ ਕਿਸੇ ਚੀਜ਼ ਦੀਆਂ ਤੇ ਜਿੰਨੀ ਲਹਿਣ ਲੇਬਰ ਕੈਪੀਟਲ ਤੁਸੀਂ ਪਹਿਲਾਂ ਯੂਜ਼ ਕੀਤੀ ਹੁਣ ਉਹਦੇ ਨਾਲੋਂ ਥੋੜੀ ਘੱਟ ਯੂਜ਼ ਕਰਕੇ ਵੀ ਤੁਸੀਂ ਉੰਨੀ ਪ੍ਰੋਡਕਸ਼ਨ ਕਰ ਸਕਦੇ ਹੋ ਇਹ ਸਾਡੀਆਂ ਅੰਦਰੂਨੀ ਬੱਚਤਾਂ ਹੁੰਦੀਆਂ ਇਹਦੇ ਵਿੱਚ ਕਿਹੜੀਆਂ ਆਦੀਆਂ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਆਦੀਆਂ ਲੇਬਰ ਸੰਧੀ ਬੱਚਤਾਂ ਜਿਹਨੂੰ ਲੇਬਰ ਇਕਨੋਮੀਸ ਤੁਸੀਂ ਕਹ ਦਿੰਦੇ ਹੋ ਕਿ ਜਦੋਂ ਤੁਸੀਂ ਛੋਟੇ ਲੈਵਲ ਤੇ ਕੰਮ ਕਰਦੇ ਹੋ ਥੋੜੇ ਲੇਬਰਰ ਆ ਤੇ ਤੁਹਾਨੂੰ ਤੁਸੀਂ ਸਾਰੇ ਕੰਮ ਉਹਨਾਂ ਲੇਬਰਰਸ ਤੋਂ ਕਰਵਾਉਂਦੇ ਪਏ ਆ ਪਰ ਜਦੋਂ ਤੁਹਾਡਾ ਸਕੇਲ ਵੱਧ ਗਿਆ ਹੁਣ ਜਦੋਂ ਤੁਸੀਂ ਜਿਹੜਾ ਅਸੀਂ ਲਾਅ ਆਫ ਵੈਰੀਏਬਲ ਪ੍ਰੋਪੋਰਸ਼ਨ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ ਕਨਸੈਪਟ ਉਹਦੇ ਵਿੱਚ ਆਪਾਂ ਲੇਬਰ ਤਾਂ ਵਧਾਉਂਦੇ ਪਏ ਸੀ ਪਰ ਸਾਡੀ ਮਸ਼ੀਨਰੀ ਤਾਂ ਉਨੀ ਸੀ ਨਾ ਸਾਡੀ ਲੈਂਡ ਤਾਂ ਉਨੀ ਸੀ ਨਾ ਹੁਣ ਜੇ ਸਾਡੇ ਕੋਲੇ ਲੈਂਡ ਉਨੀ ਹੀ ਆ ਬਿਨਾ ਚੱਕ ਆਪਾਂ ਲੇਬਰਰ ਵਧਾ ਸਕਦੇ ਹਾਂ 1 2 3 4 5 6 7 8 10 20 25 ਇੱਥੇ ਤੱਕ ਵਧਾ ਸਕਦੇ ਹਾਂ ਕਿੰਨੇ ਅਗਲੇ ਬਰਰ ਵਧਾਵਾਂਗੇ ਪਰ ਜਦੋਂ ਸਾਡੇ ਕੋਲੇ ਲੈਂਡ ਵੀ ਵਧੂਗੀ ਤਾਂ ਬਿਨਾਂ ਸ਼ੱਕ ਆਪ ਲੇਬਰ ਵੀ ਜ਼ਿਆਦਾ ਵਧਾਵਾਂਗੇ ਸੇਵੇਂ ਇਸੇ ਤਰ੍ਹਾਂ ਜਦੋਂ ਸਾਡੀ ਫੈਕਟਰੀ ਦੇ ਵਿੱਚ ਸਾਡੀ ਕੈਪੀਟਲ ਫਿਕਸ ਹੋਏਗੀ ਤੇ ਉਹਦੇ ਵਿੱਚ ਅਸੀਂ 10 ਨਹੀਂ 20 ਲੇਬਰਰ ਲਗਾ ਲਾਂਗੇ ਪਰ ਜਦੋਂ ਸਾਡੀ ਕੈਪੀਟਲ ਵੀ ਵਧੂਗੀ ਤਾਂ ਫਿਰ ਸਾਡੇ ਲੇਬਰਰਸ ਹੋਰ ਜ਼ਿਆਦਾ ਵਧਣਗੇ ਇਹ ਇਸ ਲਾਰਜ ਸਕੇਲ ਦੇ ਉੱਤੇ ਕੰਮ ਕਰਨ ਤੇ ਮਤਲਬ ਤੁਸੀਂ ਕਹ ਲਓ ਇੱਕ ਤਰ੍ਹਾਂ ਨਾਲ ਕਿ ਜਦੋਂ ਅਸੀਂ ਲੰਬ ਲੌਂਗ ਪੀਰੀਅਡ ਚ ਜਾਂਦੇ ਹਾਂ ਜਦੋਂ ਸਾਰੇ ਉਤਪਾਦਨ ਦੇ ਸਾਧਨ ਵੇਰੀਏਬਲ ਹੋ ਜਾਂਦੇ ਆ ਤਾਂ ਅਸੀਂ ਜ਼ਿਆਦਾ ਲੇਬਰਰ ਹਾਇਰ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ ਡਿਵੀਜ਼ਨ ਆਫ ਲੇਬਰ ਡਿਵੀਜ਼ਨ ਆਫ ਲੇਬਰ ਅਸੀਂ ਕਰ ਦਿੰਦੇ ਹਾਂ ਕਿ ਜਿਹਦੇ ਵਿੱਚ ਕਿਸ ਲੇਬਰਰ ਨੂੰ ਸਪੈਸ਼ਲਾਈਜ਼ੇਸ਼ਨ ਆ ਅਸੀਂ ਉਹ ਤੋਂ ਉਹ ਕੰਮ ਕਰਵਾਉਂਦੇ ਹਾਂ ਉਹ ਜਦੋਂ ਜਿਹੜੇ ਕੰਮ ਨੂੰ ਉਹ ਜਦੋਂ ਉਹ ਉਸ ਕੰਮ ਨੂੰ ਕਰੇਗਾ ਜਿਹੇ ਜੋ ਸਪੈਸ਼ਲਾਈਜ਼ੇਸ਼ਨ ਉਹਨੇ ਪ੍ਰਾਪਤ ਕੀਤੀ ਹੈ ਬਿਨਾਂ ਸ਼ੱਕ ਉਹਦੀ ਆਉਟਪੁੱਟ ਜ਼ਿਆਦਾ ਆਏਗੀ ਇਹਦੇ ਨਾਲ ਸਾਡੇ ਟਾਈਮ ਦੀ ਬਚਤ ਵੀ ਹੋ ਜਾਏਗੀ ਇਹਦੇ ਨਾਲ ਸਾਡੀਆਂ ਨਵੀਆਂ ਖੋਜਾਂ ਵੀ ਆਉਣਗੀਆਂ ਇਹਦੇ ਨਾਲ ਸਾਡੀ ਕਾਸਟ ਘਟ ਜਾਏਗੀ ਤੇ ਜਿੰਨੀ ਇਨਪੁੱਟ ਆਪਾਂ ਦਿੰਦੇ ਪਏ ਹਾਂ ਆਉਟਪੁੱਟ ਦੇ ਨਾਲੋਂ ਜ਼ਿਆਦਾ ਵਧੇਗੀ ਸੇਮ ਅੱਗੇ ਹੈਗਾ ਟੈਕਨਿਕਲ ਇਕਨੋਮੀਆਂ ਤਕਨੀਕੀ ਬਚਤਾਂ ਜਦੋਂ ਅਸੀਂ ਛੋਟੇ ਪੱਧਰ ਤੇ ਕੰਮ ਕਰਦੇ ਹਾਂ ਉਸ ਵੇਲੇ ਸਾਡੀ ਟੈਕਨੋਲੋਜੀ ਪੁਰਾਣੀ ਹੁੰਦੀ ਆ ਕਈ ਵਾਰ ਪਰ ਜਦੋਂ ਅਸੀਂ ਲਾਰਜ ਸਕੇਲ ਤੇ ਕੰਮ ਕਰਾਂਗੇ ਨਿਊ ਮਾਡਰਨ ਟੈਕਨੋਲੋਜੀ ਵਧੀਆ ਟੈਕਨੋਲੋਜੀ ਜਿਹੜੀ ਕਈ ਵਾਰ ਆਪਾਂ ਛੋਟੇ ਪੱਧਰ ਦੇ ਉੱਤੇ ਸਮਾਲ 스ਕੇਲ ਤੇ ਕੰਮ ਕਰਕੇ ਉਹਨੂੰ ਲਗਾ ਹੀ ਨਹੀਂ ਸਕਦੇ ਹੁੰਦੇ ਕਿਉਂਕਿ ਸਕੇਲ ਅੱਗੇ ਅਸੀਂ ਕਰਾਂਗੇ ਇੰਡਸਟਰੀ ਵਾਲਾ ਚੈਪਟਰ ਜਦੋਂ ਅਗਲੇ ਸਮੈਸਟਰਸ ਦੇ ਵਿੱਚ ਕਰਾਂਗੇ ਆਪਾਂ ਉੱਥੇ ਦੇਖਾਂਗੇ ਕਿ ਅਮਾਊਂਟ ਦੇ ਅਕੋਰਡਿੰਗ ਹੁੰਦਾ ਕਿ ਲਾਰਜ ਸਕੇਲ ਇੰਡਸਟਰੀ ਕਿਹੜੀ ਆ ਲਾਰਜ ਸਮਾਲ 스ਕੇਲ ਇੰਡਸਟਰੀ ਕਿਹੜੀ ਆ ਹੁਣ ਇੱਕ ਮਸ਼ ਫਰੀ ਦੀ ਪੂਰੀ ਜਿਹੜੀ ਪ੍ਰਾਈਸ ਆ ਉਸ ਤੋਂ ਤੁਹਾਡੀ ਫਰਮ ਦੀ ਮੰਨ ਲਓ ਤੁਹਾਡੀ ਪੂਰੀ ਫਰਮ ਦੀ ਕਾਸਟ ਹੈ 2 ਕਰੋੜ ਤਾਂ ਤੁਸੀਂ ਇਹ 5 ਕਰੋੜ ਵਾਲੀ ਤੇ ਇੰਸਟਾਲ ਕਰਨ ਵਾਲੀ ਸੋਚ ਹੀ ਨਹੀਂ ਨਾ ਸਕਦੇ ਠੀਕ ਹੈ ਇਸ ਲਈ ਉਹ ਜਿਹੜੀਆਂ ਤੁਸੀਂ ਵਧੀਆ ਵਾਲੀਆਂ ਮਸ਼ੀਨ ਜਿਹੜੀ ਯੂਜ਼ ਕਰੋਗੇ ਨਵੀਂ ਟੈਕਨੋਲੋਜੀ ਚੂਜ਼ ਕਰੋਗੇ ਤੇ ਬਿਨਾਂ ਸ਼ੱਕ ਉਹਦੇ ਨਾਲ ਤੁਹਾਡੀ ਕਾਸਟ ਆ ਜਿਹੜੀ ਉਹ ਘਟੇਗੀ ਤੇ ਉਸ ਤੋਂ ਬਾਅਦ ਇਨਵੈਂਟਰੀ ਇਕਨੋਮੀਜ਼ ਹੋ ਜਾਣਗੀਆਂ ਵੱਡੇ ਪੱਧਰ ਤੇ ਜਦੋਂ ਅਸੀਂ ਕੰਮ ਕਰਾਂਗੇ ਸਾਨੂੰ ਸਟਾਕ ਦੀਆਂ ਬਚਤਾਂ ਵੀ ਹੋਣਗੀਆਂ ਸਾਨੂੰ ਕੱਚੇ ਮਾਲ ਦੀ ਕਮੀ ਹੋ ਜਾਣ ਤੇ ਉਹਨਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਸੀ ਪਰ ਹੁਣ ਜਦੋਂ ਅਸੀਂ ਹਾਈ ਲੈਵਲ ਤੇ ਕੰਮ ਕਰਦੇ ਪਏ ਆ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਏਗੀ ਨਹੀਂ ਸਾਨੂੰ ਠੀਕ ਹੈ ਜੇ ਸਾਡੀ ਮਸ਼ੀਨ ਅਚਾਨਕ ਬੰਦ ਹੋ ਜਾਂਦੀ ਉਹਨੂੰ ਇੱਕਦਮ ਜਲਦੀ ਠੀਕ ਕੀਤਾ ਜਾ ਸਕਦਾ ਹੁਣ ਉਸ ਤੋਂ ਸਾਨੂੰ ਸੇਲਿੰਗ ਇਕਨੋਮੀਜ਼ ਵੀ ਮਿਲਦੀਆਂ ਮਾਰਕੀਟਿੰਗ ਇਕਨੋਮੀਜ਼ ਜਿਨ੍ਹਾਂ ਨੂੰ ਅਸੀਂ ਕਹ ਦਿੰਦੇ ਹਾਂ ਕਿ ਜਦੋਂ ਅਸੀਂ ਲਾਰਜ ਸਕੇਲ ਤੇ ਕੰਮ ਕਰਦੇ ਹਾਂ ਬਿਨਾਂ ਚੱਕ ਅਸੀਂ ਐਡਵਰਟਾਈਜ਼ਮੈਂਟ ਕਰ ਸਕਦੇ ਹਾਂ ਉਹਦਾ ਵੀ ਸਾਨੂੰ ਫਾਇਦਾ ਹੋਵੇਗਾ ਤੇ ਬਿਨਾਂ ਸ਼ੱਕ ਅਸੀਂ ਇੱਕ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਕਰਾਂਗੇ ਤਾਂ 10 ਪ੍ਰੋਡਕਟ ਤਾਂ ਸਾਡੇ ਨਾਲ ਵੈਸੇ ਹੀ ਵਿਕਣਗੇ ਕਈ ਵਾਰ ਤੁਸੀਂ ਦੇਖੋ ਕਿ ਜਦੋਂ ਅਸੀਂ ਕੋਈ ਪ੍ਰੋਡਕਟ ਲੈਣ ਜਾਂਦੇ ਆ ਤੇ ਅਸੀਂ ਉਸ ਪ੍ਰੋਡਕਟ ਦੀ ਕਦੀ ਕੋਈ ਐਡ ਨਹੀਂ ਦੇਖੀ ਹੁੰਦੀ ਪਰ ਸਾਨੂੰ ਪਤਾ ਹੁੰਦਾ ਇਹ ਜੂਨੀਲੀਵ ਆ ਮਤਲਬ ਜਦੋਂ ਅਸੀਂ ਉਹਦਾ ਸਾਈਨ ਦੇਖਦੇ ਸੀ ਕਹਿੰਦੇ ਅਛਾ ਜੁਨੀਲੀਵਰ ਦਾ ਹੈ ਤੇ ਜੁਨੀਲੀਵਰ ਦੇ ਸਾਰੇ ਪ੍ਰੋਡਕਟ ਥੋੜੇ ਨਾ ਖਰੀਦੇ ਆ ਅਸੀਂ ਸਾਰੇ ਪ੍ਰੋਡਕਟ ਨਾ ਯੂਜ਼ ਕੀਤੇ ਹੁੰਦੇ ਆ ਤੇ ਜੁਨੀਲੀਵਰ ਨੇ ਕਿਤੇ ਸਾਰੇ ਪ੍ਰੋਡਕਟਸ ਦੀ ਐਡਵਰਟਾਈਜ਼ ਥੋੜੀ ਕੀਤੀ ਹੁੰਦੀ ਆ ਪਰ ਉਹਨੇ ਆਪਣੇ ਕੁਝ ਇੱਕ ਪ੍ਰੋਡਕਟਸ ਦੀ ਕੀਤੀ ਹੁੰਦੀ ਆ ਲੋਕਾਂ ਦੇ ਮਨਾਂ ਦੇ ਵਿੱਚ ਉਹ ਐਡਵਰਟਾਈਜ਼ਮੈਂਟ ਬੈਠੀ ਹੁੰਦੀ ਆ ਤੇ ਆਪਾਂ ਜਦੋਂ ਜੁਨੀਲੀਵਰ ਦੇਖਦੇ ਆ ਤਾਂ ਸਾਨੂੰ ਲੱਗਦਾ ਕਿ ਇਹ ਪ੍ਰੋਡਕਟ ਜਿਹੜਾ ਆ ਇਹ ਤੇ ਤੁਸੀਂ ਫੇਥ ਕਰ ਸਕਦੇ ਹੋ ਸੇਮ ਸਿੰਪਲ ਆ ਜਿਹੜੀ ਆ ਅ ਅਬਾ ਜੈਨ ਵੈਕਸੀਨ ਦੀ ਮੈਡੀਸਿਨਸ ਆ ਉਹ ਕਿਤੇ ਐਡ ਥੋੜੀ ਨਾ ਕਰਦੀ ਰੂਬੇ ਨਾ ਜਾ ਕੇ ਤੇ ਬਾਅਦ ਵਿੱਚ ਉਹ ਪ੍ਰੋਡਕਟਸ ਉਹ ਨਾ ਉਹਨਾਂ ਕੰਪਨੀਆਂ ਦੇ ਵਿੱਚ ਸਾਡਾ ਜਿਹੜਾ ਫੇਥ ਆ ਉਹ ਹੋ ਜਾਂਦਾ ਤੇ ਉਹਦੇ ਉਹਦੀਆਂ ਵੀ ਸਾਨੂੰ ਬੱਚਤਾਂ ਮਿਲਦੀਆਂ ਆ ਫਿਰ ਮੈਨੇਜਰੀਅਲ ਇਕਨੋਮੀਜ਼ ਆ ਕਿ ਜਦੋਂ ਅਸੀਂ ਛੋਟੇ ਲੈਵਲ ਤੇ ਕੰਮ ਕਰਦੇ ਹਾਂ ਤਾਂ ਜਿਹੜਾ ਬਿਜ਼ਨਸਮੈਨ ਆ ਉਹ ਆਪੇ ਮੈਨੇਜਰ ਹੁੰਦਾ ਆਪੇ ਰੌ ਮਟੀਰੀਅਲ ਦੇਦਾ ਆਪੇ ਪ੍ਰੋਡਕਸ਼ਨ ਮੈਨੇਜਰ ਹੁੰਦਾ ਪਰ ਜਦੋਂ ਲਾਰਜ ਸਕੇਲ ਤੇ ਕੰਮ ਕਰੇਗਾ ਤਾਂ ਪ੍ਰੋਡਕਸ਼ਨ ਮੈਨੇਜਰ ਅਲੱਗ ਹੋਏਗਾ ਸੇਲਜ਼ ਨਾਲ ਡੀਲ ਕਰਨੇ ਵਾਲਾ ਅਲੱਗ ਹੋਏਗਾ ਤੇ ਉਹਦਾ ਵੀ ਬੈਨੀਫਿਟ ਹੋਏਗਾ ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਤੇ ਸਟੋਰੇਜ ਦੀਆਂ ਇਕਨੋਮੀਜ਼ ਮਿਲਣਗੀਆਂ ਤੁਸੀਂ ਹਾਈ ਹਾਈ ਲੈਵਲ ਤੇ ਕੰਮ ਕਰੋਗੇ ਤਾਂ ਤੁਹਾਡੀ ਸਟੋਰੇਜ ਜ਼ਿਆਦਾ ਹੋਏਗੀ ਤੁਹਾਨੂੰ ਟਰਾਂਸਪੋਰਟੇਸ਼ਨ ਦੀਆਂ ਜਿਹੜੀਆਂ ਮਿਲਦੀਆਂ ਜਿਹਨੂੰ ਤੁਸੀਂ ਇੱਥੇ ਪੈਕਨਰੀ ਇਕਨੋਮੀਜ਼ ਕਿਹਾ ਆਪਾਂ ਲਿਖਿਆ ਤਾਂ ਸੰਬੰਧੀ ਬੱਚਤਾਂ ਹੁੰਦੀਆਂ ਕਿ ਇਸ ਇਹਨਾਂ ਦੇ ਉਤਪਾਦਾਂ ਦੇ ਪမာਣੇ ਵਿੱਚ ਫਾਇਦਾ ਹੋ ਵਾਧਾ ਹੋਣ ਦੇ ਫਲਸਰੂਪ ਵਸਤੂਆਂ ਦੇ ਉਤਪਾਦਨ ਅਤੇ ਵੰਡ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਸਾਧਨਾਂ ਦੀ ਮਾਤਰਾ ਵਿੱਚ ਸਸਤੇ ਮੁੱਲ ਤੇ ਖਰੀਦਣ ਦੇ ਕਾਰਨ ਜਿਹੜੀਆਂ ਪ੍ਰਾਪਤ ਹੁੰਦੀਆਂ ਮੀਨਸ ਜਿਹੜਾ ਕੱਚਾ ਮਾਲ ਹੋਇਆ ਜਾਂ ਕੋਈ ਹੋਰ ਪ੍ਰੋਡਕਟ ਜਿਹੜਾ ਤੁਸੀਂ ਬਾਹਰੋਂ ਲੈਂਦੇ ਪਏ ਹੋਣ ਤੇ ਮੇਂ ਦੂਸਰਾ ਬੈਂਕਾਂ ਵੀ ਤੁਹਾਨੂੰ ਆਸਾਨੀ ਨਾਲ ਕਰਜੇ ਪ੍ਰੋਵਾਈਡ ਕਰ ਦਿੰਦੀਆਂ ਕਿਉਂਕਿ ਤੁਹਾਡੀ ਫਾਰਮ ਆ ਤੁਹਾਡਾ ਨਾਮ ਚੱਲਦਾ ਆ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਸੀਂ ਕਦੀ ਉਹਨਾਂ ਦਾ ਜਿਹੜਾ ਪੈਸਾ ਵਾਪਸ ਨਹੀਂ ਕਰੋਗੇ ਤੇ ਤੁਹਾਨੂੰ ਆਸਾਨੀ ਨਾਲ ਜਿਹੜਾ ਲੋਨ ਵਗੈਰਾ ਮਿਲ ਜਾਏਗਾ ਉਸ ਤੋਂ ਬਾਅਦ ਐਕਸਟਰਨਲ ਇਕਨੋਮੀਆਂ ਕਿਹੜੀਆਂ ਹੁੰਦੀਆਂ ਜੇਦੋਂ ਤੁਸੀਂ ਆਪਣੀ ਇੱਕ ਇੰਡਸਟਰੀ ਲਗਾਉਂਦੇ ਹੋ ਫਿਰ ਉੱਥੇ ਇੱਕ ਹੱਬ ਜਿਹਾ ਬਣ ਜਾਂਦਾ ਉੱਥੇ ਬਹੁਤ ਸਾਰੀਆਂ ਇੰਡਸਟਰੀਜ਼ ਤੁਹਾਡੀ ਇੰਡਸਟਰੀ ਨਾਲ ਛੋਟੇ ਛੋਟੇ ਪੁਰਜੇ ਬਣਾਉਣ ਵਾਲੀਆਂ ਹੋਰ ਇੰਡਸਟਰੀਜ਼ ਆ ਜਾਣਗੀਆਂ ਜਾਂ ਉਹ ਉਦਾਂ ਦਾ ਪ੍ਰੋਡਕਟ ਬਣਾਉਣ ਵਾਲੀ ਹੋਰ ਇੰਡਸਟਰੀ ਆ ਜਾਏਗੀ ਉਹਦੇ ਨਾਲ ਇਹ ਹੋਏਗਾ ਕਿ ਤੁਹਾਨੂੰ ਮਾਰਕੀਟ ਦਾ ਸਾਈਜ਼ ਵੱਡਾ ਹੋ ਜਾਏਗਾ ਨਵੀਆਂ ਖੋਜਾਂ ਹੋਣਗੀਆਂ ਨਵੇਂ ਪ੍ਰਬੰਧ ਹੋਣਗੇ ਨਵੀਆਂ ਟੈਕਨੀਕਾਂ ਹੋਣਗੀਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਤੁਹਾਨੂੰ ਜਿਹੜਾ ਉਹ ਬੈਨੀਫਿਟ ਹੋਏਗਾ ਔਰ ਬਾਲੀਆਂ ਬਚਤਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਬਚਤਾਂ ਹੁੰਦੀਆਂ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਕਨੋਮੀਜ਼ ਆਫ ਕਨਸਨਟ੍ਰੇਸ਼ਨ ਕਿ ਜਦੋਂ ਇੱਕ ਜਗ੍ਹਾ ਤੇ 10-15 ਜਾਂ ਫਰਮਸ ਲੱਗ ਜਾਣਗੀਆਂ ਉੱਥੇ ਤੁਹਾਨੂੰ ਆਵਾਜਾਈ ਦੀ ਪ੍ਰੋਬਲਮ ਨਹੀਂ ਆਏਗੀ ਉੱਥੇ ਰੋਡ ਆ ਜਾਏਗਾ ਉੱਥੇ ਤੁਹਾਨੂੰ ਸਕਿਲਡ ਲੇਬਰਸ ਮਿਲਣਗੇ ਉੱਥੇ ਤੁਹਾਡੇ ਜੇ ਅਚਾਨਕ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਕੋਈ ਹੈਲਪ ਕਰਨ ਲਈ ਤੁਹਾਡੇ ਆਲ ਦੋਲੇ ਹੋਰ ਲੋਕ ਹੋਣਗੇ ਤੇ ਤੁਹਾਨੂੰ ਫਾਈਨੈਂਸ਼ੀਅਲ ਹੈਲਪਸ ਵੀ ਫਾਈਨੈਂਸ਼ੀਅਲ ਹੈਲਪ ਵੀ ਜਿਹੜੀ ਉਹ ਵੀ ਮਿਲੇਗੀ ਉਸ ਤੋਂ ਬਾਅਦ ਇਕਨੋਮੀਜ਼ ਆਫ ਇਨਫੋਰਮੇਸ਼ਨ ਵੀ ਹੋਵੇਗੀ ਜਦੋਂ ਤੁਸੀਂ ਕਾਫੀ ਸਰੀਆਂ ਇਕਨੋਮੀਜ਼ ਇਕੱਠੀਆਂ ਹੋ ਜਾਣਗੀਆਂ ਹਨ ਹੁਣ ਐਕਸਟਰਨਲ ਇਕਨੋਮੀਆਂ ਆ ਨਾ ਕਿ ਜਿਹੜੀਆਂ ਏ ਇਕਨੋਮੀਆਂ ਕਿਹੜੀਆਂ ਹੁੰਦੀਆਂ ਐਕਸਟਰਨਲ ਇਕਨੋਮੀਆਂ ਜਿਹੜੀਆਂ ਆ ਜਿਹੜੀਆਂ ਤੁਹਾਨੂੰ ਆਪਣੇ ਫੈਕਟਰੀ ਜਾਂ ਆਪਣੇ ਫਰਮ ਦੇ ਅੰਦਰੋਂ ਨਹੀਂ ਮਿਲਦੀਆਂ ਆ ਤੁਸੀਂ ਲਾਰਜ ਸਕੇਲ ਤੇ ਕੰਮ ਕਰਦੇ ਆ ਬਾਹਰੋਂ ਪ੍ਰਾਪਤ ਹੁੰਦੀਆਂ ਪਈਆਂ ਹਨਾ ਤੇ ਇਹਦੇ ਵਿੱਚ ਸੂਚਨਾ ਸੂਚਨਾ ਵਾਲੀ ਜਿਹੜੀ ਬਚਤ ਆ ਉਹ ਵੀ ਹੋਏਗੀ ਕਿ ਜਦੋਂ ਸਾਰੀਆਂ ਉੱਥੇ ਆਜਣਗੀਆਂ ਇੱਕ ਜਗ੍ਹਾ ਤੇ ਇੰਡਸਟਰੀਜ਼ ਆ ਜਾਂਦੀਆਂ ਬਹੁਤ ਸਾਰੀਆਂ ਇੰਡਸਟਰੀਜ਼ ਡਿਵੈਲਪ ਹੋ ਜਾਂਦੀਆਂ ਬਹੁਤ ਸਾਰੀਆਂ ਫਰਮਾਂ ਲੱਗ ਜਾਂਦੀਆਂ ਕਿ ਉੱਥੇ ਨਿਊਜ਼ਪੇਪਰਸ ਵੀ ਆਪਣੇ ਸ਼ੁਰੂ ਹੋ ਜਾਂਦੇ ਆ ਉੱਥੇ ਨਮੀ ਨਮੀ ਰਿਸਰਚਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹਦੀ ਸਾਨੂੰ ਬੈਨੀਫਿਟ ਹੁੰਦਾ ਉਸ ਤੋਂ ਬਾਅਦ ਇਕਨੋਮੀਜ਼ ਆਫ ਡਿਸਇੰਟੀਗ੍ਰੇਸ਼ਨ ਕਿ ਅਜੋਗ ਦਾ ਜਦੋਂ ਵਿਕਾਸ ਸ਼ੁਰੂ ਹੋ ਜਾਂਦਾ ਤੇ ਫਰਮਾਂ ਇਸ ਗੱਲ ਤੇ ਰਾਜ਼ੀ ਹੋ ਜਾਂਦੀਆਂ ਕੋਈ ਆਪਸ ਵਿੱਚ ਵਸਤੂ ਤਿਆਰ ਕਰਨ ਲਈ ਕਈ ਸਾਰੀਆਂ ਕਿਰਿਆਵਾਂ ਜਿਹੜੀਆਂ ਆ ਉਹਨਾਂ ਨੂੰ ਵੱਖ-ਵੱਖ ਸੇ ਇਸ ਲਈ ਕੋਈ ਇਕਨੋਮੀ ਕੋਈ ਫਰਮ ਆ ਜਿਹੜੀ ਉਹ ਛੋਟੇ ਪੁਰਜੇ ਤਿਆਰ ਕਰਦੀ ਆ ਕੋਈ ਕੁਝ ਹੋਰ ਤਿਆਰ ਕੋਈ ਹੋਰ ਪੁਰਜਾ ਤਿਆਰ ਕਰਦਾ ਤੇ ਉਹ ਇਕੱਠਾ ਕਰਕੇ ਫਿਰ ਇੱਕ ਪ੍ਰੋਡਕਟ ਆ ਜਿਹੜਾ ਬਣਾਇਆ ਜਾਂਦਾ ਜਿਸ ਤਰ੍ਹਾਂ ਜਦੋਂ ਕੋਈ ਫੈਕਟਰੀ ਲੱਗਦੀ ਆ ਉਹਦੇ ਵਿੱਚ ਤੁਸੀਂ ਆਪ ਦੇਖੋ ਕਿ ਉਸ ਫੈਕਟਰੀ ਦੇ ਵਿੱਚ ਕਾਫੀ ਸਾਰੇ ਜਿਨ੍ਹਾਂ ਨੂੰ ਅਸੀਂ ਪੁਰਜੇ ਕਹ ਦਿੰਦੇ ਆ 20 25 30 ਪੁਰਜੇ ਇੱਕ ਇੱਕ ਚੀਜ਼ ਦੇ ਵਿੱਚ ਵੀ ਸਾਈਕਲ ਹੀ ਤੁਸੀਂ ਸੋਚ ਲੋ ਤੇ ਇਹਦੇ ਵਿੱਚ ਕਾਫੀ ਸਾਰੇ ਪੁਰਜੇ ਜਿਹੜੇ ਯੂਜ਼ ਹੋ ਰਹੇ ਆ ਸੈਂਟਰ ਐਕਸਲ ਕੋਈ ਹੋਰ ਬਣਾ ਲਿਆ ਹੈ ਹੈਂਡਲ ਦਾ ਕੋਈ ਹੋਰ ਬਣਾ ਲਿਆ ਚੇਨ ਕੋਈ ਹੋਰ ਬਣਾ ਰਿਹਾ ਉਹ ਤੋਂ ਬਾਅਦ ਉਹਨੂੰ ਅਸੈਂਬਲ ਕਰਕੇ ਇੱਕ ਜਿਹੜਾ ਸਾਈਕਲ ਆ ਉਹਦੀ ਫਾਰਮ ਦੇ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਇਕਨੋਮੀਆਂ ਦੀ ਤਰ੍ਹਾਂ ਹੀ ਫਿਰ ਡੀਸੀ ਇਕਨੋਮੀਆਂ ਵੀ ਹੁੰਦੀਆਂ ਕਿਉਂਕਿ ਆਪਾਂ ਕਿਹਾ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਹੁੰਦੇ ਆ ਕਿ ਜਿੰਨੀ ਇਨਪੁਟ ਤੁਸੀਂ ਸੀਂ ਡਿਸ ਇਕਨੋਮੀ ਦੀ ਗੱਲ ਕਰਦੇ ਹਾਂ ਉਹ ਕਦੋਂ ਆਉਂਦੀਆਂ ਜਦੋਂ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ ਦੇ ਡਿਸ ਇਕਨੋਮੀ ਇਸੇ ਕਰਕੇ ਹੁੰਦੇ ਆ ਹੁਣ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ ਕੀ ਆ ਆਪਾਂ ਕਰ ਚੁੱਕੇ ਹਾਂ ਕਿ ਇਨਪੁਟ ਦੇ ਵਿੱਚ ਵਾਧਾ ਸਾਡਾ ਜਿਆਦਾ ਹੁੰਦਾ ਪਿਆ ਪਰ ਆਉਟਪੁਟ ਦੇ ਵਿੱਚ ਉਹਦੇ ਕੰਪੈਰੀਜ਼ਨ ਦੇ ਵਿੱਚ ਵਾਧਾ ਘੱਟ ਹੁੰਦਾ ਪਿਆ ਇਹ ਉਹ ਜਿਸ ਤਰ੍ਹਾਂ ਫਰਸਟ ਪੁਆਇੰਟ ਪੁਆਇੰਟ ਜਿਹੜਾ ਸਾਡਾ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਬੱਚਤਾਂ ਕਰਕੇ ਹੁੰਦਾ ਇਕਨੋਮੀਜ਼ ਕਰਕੇ ਹੁੰਦਾ ਇਹ ਠੀਕ ਉਸੇ ਤਰ੍ਹਾਂ ਡਿਸ ਇਕਨੋਮੀਜ਼ ਕਰਕੇ ਹੁੰਦਾ ਹਾਨੀਆਂ ਤੇ ਇਹ ਨੁਕਸਾਨ ਵੀ ਸਾਡੇ ਅੰਦਰੂਨੀ ਨੁਕਸਾਨ ਵੀ ਹੁੰਦੇ ਆ ਇੰਟਰਨਲ ਵੀ ਹੁੰਦੇ ਆ ਤੇ ਐਕਸਟਰਨਲ ਵੀ ਹੁੰਦੇ ਆ ਇੰਟਰਨਲ ਕਿਹੜੇ ਹੁੰਦੇ ਆ ਅਨਵਾਇਡਲੀ ਮੈਨੇਜਮੈਂਟ ਸਭ ਤੋਂ ਪਹਿਲਾਂ ਤਾਂ ਮੈਨੇਜ ਬਹੁਤ ਜ਼ਿਆਦਾ ਵੱਡਾ ਜਦੋਂ ਏਰੀਆ ਹੋ ਜਾਏਗਾ ਤੁਸੀਂ ਆਪਣੇ ਆਪ ਤਾਂ ਉਹਨੂੰ ਮੈਨੇਜ ਕਰ ਨਹੀਂ ਸਕਦੇ ਉਹਦੇ ਵਿੱਚ ਕੋਆਰਡੀਨੇਸ਼ਨ ਚਾਹੀਦੀ ਮਤਲਬ ਤੁਸੀਂ ਆਪਣੇ ਆਪ ਇੱਕ ਬੰਦਾ ਥੋੜੀ ਨਾਲ ਉੱਤੇ ਚੱਕ ਰੱਖ ਸਕਦਾ ਉਹ ਜੇ ਕੋਆਰਡੀਨੇਸ਼ਨ ਚਾਹੀਦੀ ਉਹਦੇ ਵਿੱਚ ਪ੍ਰੋਪਰ ਸੁਪਰਵਾਈਜ਼ਨ ਚਾਹੀਦੀ ਆ ਜਿੱਥੇ ਕਿਤੇ ਕੋਆਰਡੀਨੇਸ਼ਨ ਦੀ ਪ੍ਰੋਬਲਮ ਆਈ ਜਿੱਥੇ ਕਿਤੇ ਸੁਪਰਵਾਈਜ਼ਨ ਦੀ ਪ੍ਰੋਬਲਮ ਆਈ ਉੱਥੇ ਤੁਹਾਡੀ ਕਾਸਟ ਵਧ ਜੇਗੀ ਕਿਉਂਕਿ ਉਹਦੇ ਨਾਲ ਉਹਦੇ ਜ ਮਸ਼ੀਨਰੀ ਜ਼ਿਆਦਾ ਹੋਏਗੀ ਬਿਨਾਂ ਸ਼ੱਕ ਉਹਦੀ ਜਿਹੜੀ ਉਹਦੇ ਵਿੱਚ ਜਿਹੜੀਆਂ ਟੈਕਨੀਕਲ ਪ੍ਰੋਬਲਮਸ ਆ ਉਹ ਵੀ ਹੁਣੀਆਂ ਹੀ ਜ਼ਿਆਦਾ ਹੋਣਗੀਆਂ ਤੇ ਜਿੱਦਾਂ ਹੁਣ ਆਪਾਂ ਕਹਿੰਦੇ ਆ ਜਿੱਦਾਂ ਇੱਥੇ ਐਗਜ਼ਾਮਪਲ ਵੀ ਹੈ ਕਿ ਜੇ ਆਪਾਂ ਕਹਿੰਦੇ ਆ ਕਿ ਇੱਕ ਮਸ਼ੀਨ ਹੈ ਇੱਕ ਦਿਨ ਦੇ ਵਿੱਚ 5000 ਮੀਟਰ ਕਪੜਾ ਬਣਾ ਸਕਦੀ ਆ ਤੇ ਜੇ ਉਸ ਮਸ਼ੀਨ ਦੇ ਵਿੱਚ ਕਿਤੇ ਪ੍ਰੋਬਲਮ ਹੋ ਗਈ ਤੇ ਇੱਕ ਦਿਨ ਦੀ ਤੁਹਾਡੀ ਲਾਸ ਵੀ ਕਿੰਨੀ ਹੋਣੀ ਆ 5000 ਮੀਟਰ ਕਪੜਾ मतलब जिन्नी मैक्सिमम प्रोडक्शन एक मशीन कर एक मशीन एक दी, दी। उन्नी उन्नी है ਤੇ ਜੇ ਇੱਕ ਮਸ਼ੀਨ ਇੱਕ ਦਿਨ ਨਹੀਂ ਚੱਲਦੀ ਤੁਹਾਡੀ मैक्सिमम लॉस ਵੀ ਉਸ ਦਿਨ ਦੀ ਉਨੀ ਹੀ ਹੋਣੀ ਆ ਠੀਕ ਇਸੇ ਤਰ੍ਹਾਂ ਐਕਸਟਰਨਲ ਡਿਸ ਇਕਨੋਮੀਆਂ ਹੁੰਦੀਆਂ ਜਿਹੜੀਆਂ ਬਾਹਰੋਂ ਜਦੋਂ ਤੁਸੀਂ ਹਾਇਰ ਸਕੇਲ ਤੇ ਕੰਮ ਕਰਦੇ ਹੋ ਜਦੋਂ ਤੁਸੀਂ ਆਪਣੇ ਸਕੇਲ ਨੂੰ ਚੇਂਜ ਕਰਦੇ ਹੋ ਉਹਦੇ ਨਾਲ ਤੁਹਾਨੂੰ ਫੇਰ ਬਾਹਰੋਂ ਵੀ ਹਾਨੀਆਂ ਹੁੰਦੀਆਂ ਕਿਸ ਤਰ੍ਹਾਂ ਦੀਆਂ ਹਾਨੀਆਂ ਹੁੰਦੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਆ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਤੁਸੀਂ ਇਹ ਗੇ ਕਿ ਤੁਹਾਨੂੰ ਆਵਾਜਾਈ ਦੀ ਕਸਟ ਵੱਧ ਸਕਦੀ ਹੈ ਲੇਬਰਰ ਆਪਣੇ ਰੇਟ ਵਧਾ ਦੇਣਗੇ ਵੇਜਸ ਵਧਾ ਦੇਣਗੇ ਕਿਉਂਕਿ ਉਹਨਾਂ ਨੂੰ ਲੱਗੂਗਾ ਉਹਨਾਂ ਕੋਲ ਤਾਂ ਬਹੁਤ ਸਾਰੀਆਂ ਫੈਕਟਰੀਸ ਆ ਉਹਨਾਂ ਦੇ ਬਹੁਤ ਸਾਰੇ ਬਿਜ਼ਨਸਮੈਨ ਡਿਮਾਂਡ ਕਰਦੇ ਪਏ ਆ ਇਸ ਲਈ ਸਕਿਲਡ ਲੇਬਰਰਸ ਦਾ ਜਿਹੜੇ ਤੁਹਾਨੂੰ ਆਸਾਨੀ ਨਾਲ ਮਿਲਣਗੇ ਨਹੀਂ ਫਿਰ ਫਾਈਨਾਂਸ ਵੀ ਸ਼ੁਰੂ-ਸ਼ੁਰੂ ਜਿੱਤੇ ਤੁਹਾਨੂੰ ਆਸਾਨੀ ਨਾਲ ਮਿਲਦਾ ਪਿਆ ਸੀ ਫਿਰ ਫਾਈਨਾਂਸ ਵੀ ਉਹ ਦੂਸੀਆਂ ਫਰਮਜ਼ ਨੂੰ ਵੀ ਦੇ ਸਕਦੇ ਆ ਤੁਹਾਡੀ ਫਰਮ ਦੀ ਬਜਾਏ ਦੂਸਰਿਆਂ ਨੂੰ ਪ੍ਰੈਫਰ ਕਰ ਸਕਦੇ ਆ ਫਿਰ ਜਦੋਂ ਇੱਕ ਹੀ ਪ੍ਰੋਡਕਟ ਬਣਾਉਣ ਵਾਲੀਆਂ ਕਈਆਂ ਸਾਰੀਆਂ ਫਰਮਜ਼ ਇਕੱਠੀਆਂ ਹੋ ਜਾਣ ਆਂ ਨੀਆਂ ਇਹ ਉਹ ਹਨੀਆਂ ਆ ਜਿਹੜੀਆਂ ਤੁਹਾਨੂੰ ਉਦੋਂ ਹੁੰਦੀਆਂ ਜਦੋਂ ਸਾਇਰ ਹੈ ਹਾਇਰ ਸਕیل ਦੇ ਉੱਤੇ ਕੰਮ ਕਰਦੇ ਆ ਤੇ ਉਸ ਵੇਲੇ ਤੁਹਾਨੂੰ ਇਹ ਜਿਹੜੀਆਂ ਐਕਸਟਰਨਲ ਡੀਸੀ ਇਕਨੋਮੀਆਂ ਹੋ ਜਾਣਗੀਆਂ ਔਰ ਇਹ ਸੀ ਇਕਨੋਮੀਆਂ ਤੇ ਡੀਸੀ ਇਕਨੋਮੀਆਂ ਮੈਂ ਤੁਹਾਨੂੰ ਫਿਰ ਦੱਸਿਆ ਰਿਟਰਨਸ ਟੂ ਸਕیل ਕਰਕੇ ਤੁਹਾਡਾ ਕਨਸੈਪਟ ਆ ਪਰ ਤੁਹਾਨੂੰ ਇਕਨੋਮੀਆਂ ਡੀਸੀ ਇਕਨੋਮੀਆਂ ਵਾਲਾ ਜਿਹੜਾ ਕਨਸੈਪਟ ਆ ਉਹ ਅਲੱਗ ਵੀ ਪੇਪਰ ਚਾ ਸਕਦਾ ਕਿ ਵਾਟ డు ਯੂ ਮੀਨ ਬਾਏ ਇਕਨੋਮੀਆਂ ਐਂਡ ਡੀਸੀ ਇਕਨੋਮੀਆਂ ਇੰਟਰਨਲ ਡੀਸੀ ਐਕਸਟਰਨਲ ਇਕਨੋਮੀਆਂ ਕੀ ਹੁੰਦੀਆਂ ਇੰਟਰਨਲ ਐਕਸਟਰਨਲ ਡੀਸੀ ਇਕਨੋਮੀਆਂ ਕੀ ਹੁੰਦੀਆਂ ਇੱਕ ਕਨਸੈਪਟ ਵੀ ਤੁਹਾਡਾ ਆ ਸਕਦਾ ਹੈ ਇਸ ਲਈ ਇਸ ਨੂੰ ਧਿਆਨ ਨਾਲ ਦੇਖ ਲਈਓ ਜੇ ਕਿਤੇ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕੁਐਸਚਨ WhatsApp ਦੇ ਵਿੱਚ ਕਰ ਦਿਓ ਆ ਜਾਂ ਫਿਰ ਜਿਸ ਦਿਨ ਸਾ ਆਨਲਾਈਨ ਲੈਕਚਰ ਆਪਾਂ ਲਾਈਵ ਲੈਕਚਰ ਲਵਾਂਗੇ ਉਸ ਦਿਨ ਉਹਦੇ ਵਿੱਚ ਤੁਸੀਂ ਮੈਨੂੰ ਆਪਣੀ ਜਿਹੜੀ ਕੁਇਰੀ ਆ ਉਹ ਦੱਸ ਸਕਦੇ ਹੋ ਮੈਂ ਕੁਇਰੀ ਦਾ ਟਾਈਮ ਲੈਕਚਰ ਦਾ ਟਾਈਮ ਤੁਹਾਨੂੰ ਪਹਿਲਾਂ ਇਨਫੋਰਮ ਕਰਾਂਗੀ ਆ ਥੈਂਕ ਯੂ ਥੈਂਕ ਯੂ so much